ਭਲੇਖਾ ਤਾਂ ਹੈ ਬਹੁਤ ਜ਼ਿਆਦਾ। ਉਹ ਤੁਹਾਡੇ ਬਾਰੇ ਕਹਿੰਦਾ ਹੈਗਾ ਕਿ ਭਲੇਖੇ ਤਾਂ ਬਹੁਤ ਸਾਰੇ ਲੋਕਾਂ ਨੂੰ ਹੋ ਸਕਦੇ ਹੈ ਕਿ ਸਮਾਂ ਦੱਸੂਗਾ। ਤੁਸੀਂ ਕਿਹਦਾ ਭਲੇਖਾ ਕਰਦੇ? ਜਿਵੇਂ ਪਾਲਿਆ ਹੋਇਆ। ਤੁਹਾਡੀ ਪਾਰਟੀ ਨੇ? ਨਹੀਂ, ਪਾਰਟੀ ਦਾ ਕੋਈ ਭਲੇਖਾ ਨਹੀਂ। ਜਾਂ ਤੁਹਾਡੇ ਕੈਂਡੀਡੇਟ ਨੇ? ਕੈਂਡੀਡੇਟ ਨੇ। ਉਹ 9-11 ਮੈਂ ਆਸ਼ਾ, ਮੇਰਾ ਉਹਦੇ ਨਾਲ ਕੀ ਮੇਲ? ਟੋਚਰ ਨੂੰ ਮੇਰੇ ਨਾਲ ਪਾਉਣ ਨੂੰ ਫਿਰਦਾ। ਵੀਰ ਬਾਦਲ ਦੇ ਖਿਲਾਫ ਲੜੇ, ਕੱਢ ਕੇ ਦੇਵੀ ਸੀਟ ਸਾਨੂੰ ਜਿਹੜੀ ਅੱਜ ਤੱਕ ਨਹੀਂ ਨਿਕਲੀ ਲੰਬੀ। ਮਜੀਠੀਆ ਖਿਲਾਫ ਲੜੇ 9-11 ਦਾ, ਇਹਦੇ ਵੀ ਜ਼ੋਰ ਮਾਰੇ ਪੱਟ ਕੇ ਮਰ। ਸਿੱਧੇ ਲੋਕ ਨੇ ਜਿਹਦੇ ਨਾਲ ਹੈਗੇ ਨੇ, ਸਾਫ਼ ਨੇ ਜਿਹਦੇ ਨਾਲ ਨਹੀਂ ਹੈਗੇ, ਚਾਹੇ ਉਹ ਸਿੱਧੂ ਤਾਂ ਛੱਡੋ, ਜਿੱਦੂ ਵੀ ਕੋਈ ਵੱਡੀ ਤਾਕਤ ਹੁੰਦੀ ਹੈ ਉਹਨੂੰ ਵੀ ਜਵਾਬ ਦੋ। ਤਾਂ ਮੇਰੇ ਨਾਲ ਉਹ ਸਮਾਂ ਦੱਸੋ। ਜਿਹੀ ਤਾਂ ਤੁਸੀਂ ਬੋਲ ਰਹੇ ਸੀ, ਯੂਥ ਕਾਂਗਰਸ ਦੇ ਪ੍ਰਧਾਨ ਵੀ ਬੋਲੇ, ਇੰਨਾ ਇਹ ਨੌਬਤ ਕਿਉਂ ਆ ਗਈ ਕਿ ਕਾਂਗਰਸ ਦੀ ਕਮਾਨ ਨਹੀਂ ਆ ਕਾਂਗਰਸ ਪਾਰਟੀ 'ਤੇ ਆਪਦੇ ਉਮੀਦਵਾਰਾਂ ਦੀ, ਜਿਹਨਾਂ ਦੀ ਇੱਛਾ ਲੜਨ ਦੀ, ਅੱਜ ਤਾਂ ਸੀਟ ਵੀ ਡਿਕਲੇਅਰ ਹੋਈ, ਇੰਨਾ ਇਮੋਸ਼ਨਲ ਤੁਸੀਂ ਕਿਉਂ ਹੋ ਗਏ ਸੀ ਸਟੇਜ 'ਤੇ ਸਿੱਧੂ ਮੂਸੇਵਾਲੇ ਖਿਲਾਫ ਡੈਕ ਦੇ? ਜਦੋਂ ਅਸੀਂ ਦੇਖਦੇ ਸੀ ਗੁਆਂਢੀ ਸੂਬਿਆਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਘੱਟ ਨੇ, ਤਾਂ ਅਸੀਂ ਸੋਚਦੇ ਸੀ ਸਾਡੇ ਪੰਜਾਬ ਵਿੱਚ ਐਵੇਂ ਕਿਉਂ ਨਹੀਂ? ਸਾਨੂੰ ਪਹਿਲਾਂ ਜਾਣਾ ਹੁੰਦਾ ਸੀ ਕਿਤੇ 5 ਵਾਰ ਸੋਚਣਾ ਪੈਂਦਾ ਸੀ ਵੀ ਹਾਂ ਅਸੀਂ ਜਾਣਾ ਪੈਟਰੋਲ ਦੀ ਕੀਮਤਾਂ ਨੂੰ ਲੈ ਕੇ, ਵੀ ਹਾਂ ਜੇਬ ਕੀ ਨਹੀਂ ਦੇਖਦੇ ਸੀ ਵੀ ਯਾਰ, ਕਈ ਵਾਰ ਤਾਂ ਜ਼ਰੂਰੀ ਕੰਮ ਵੀ ਛੱਡਣੇ ਪੈ ਜਾਂਦੇ ਸੀ। ਪੈਟਰੋਲ ਦੇ ਰੇਟ ਅਸੀਂ 10 ਰੁਪਈਏ ਘੱਟ ਕਰ ਰਹੇ ਹਾਂ ਅੱਜ ਹੀ ਰਾਤ ਤੋਂ, 10 ਰੁਪਈਏ। 5 ਰੁਪਈਏ ਡੀਜ਼ਲ ਦੇ ਰੇਟ ਅੱਜ ਤੋਂ ਹੀ ਰਾਤ ਤੋਂ ਅਸੀਂ ਘੱਟ ਕਰ ਦਾਂਗੇ। ਹੋਰ ਸਾਰੀ ਸਰਕਾਰਾਂ ਨੇ ਲਾਰੀ ਲਾਏ ਪਰ ਚੰਨੀ ਸਰਕਾਰ ਨੇ ਸਾਡੇ ਵਾਸਤੇ ਬਹੁਤ ਫਾਇਦੇਮੰਦ ਕਰਿਆ। ਚੰਨੀ ਸਰਕਾਰ ਨੇ ਉਹ ਕਰ ਦਿਖਾਇਆ ਜੋ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ। ਪਿਛਲੇ 70 ਸਾਲਾਂ ਦੇ ਵਿੱਚ ਕਦੇ ਮੈਂ ਸੁਣਿਆ ਨਹੀਂ ਕਿ ਇੰਨਾ ਰੇਟ ਵੀ ਕਦੇ ਘਟਿਆ ਹੋਵੇ। ਇਸ ਕਰਕੇ ਜ਼ਿਮੀਂਦਾਰਾਂ ਨੂੰ ਵਾਧੂ ਫਾਇਦਾ ਹੋ ਰਿਹਾ ਵੀ ਫਸਲਾਂ ਵਧੀਆ ਟਾਈਮ ਨਾਲ ਬੀਜ ਰਹੇ ਔਰ ਵਾਹਵਾਹੀ ਵੀ ਵੱਧ ਕਰ ਰਹੇ ਕਿ ਨਾਲ। ਸਾਨੂੰ 1000 ਰੁਪਇਆ ਪ੍ਰਤੀ ਡਰਮ ਪਿੱਛੇ ਬਚ ਜਾਂਦਾ ਹੈ, ਹੋਰ ਸਾਨੂੰ ਕੀ ਚਾਹੀਦਾ? ਪਹਿਲਾਂ ਸਰਕਾਰਾਂ ਨੇ ਕਿਸੇ ਨੇ 5 ਪੈਸੇ ਘਟਾਤਾ, ਕਿਸੇ ਨੇ 10 ਪੈਸੇ ਰੁੰਗੇ ਜੇ ਦੇਈ ਜਾਂਦੀ ਸੀ। ਇਹ ਚੰਨੀ ਸਰਕਾਰ ਨੇ ਇੱਕਦਮ ਇੰਨੀ ਕਟੌਤੀ ਕਰਕੇ ਸਾਨੂੰ ਇਸ ਨਾਲ ਹਰੇਕ ਵਰਗ ਨੂੰ ਬਹੁਤ ਫਾਇਦਾ ਹੋਇਆ। ਇਹ ਸਰਕਾਰ ਸਭ ਦੀ ਸਰਕਾਰ ਹੈ, ਆਮ ਲੋਕਾਂ ਦੀ ਸਰਕਾਰ ਹੈ, ਔਰ ਮੈਂ ਉਹ ਬੋਲਣਾ ਜੋ ਲੋਕਾਂ ਦੀ ਜ਼ਰੂਰਤ ਹੈ, ਜੋ ਲੋਕਾਂ ਨੂੰ ਲੋੜ ਹੈ, ਜੋ ਆਮ ਆਦਮੀ ਨੂੰ ਚਾਹੀਦਾ ਹੈ। ਅਸੀਂ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ। ਚੰਨੀ ਸਰਕਾਰ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ। ਅੱਜ ਜੋ ਰੈਲੀ ਦੇ ਵਿੱਚ ਹੋਇਆ ਉਹ ਡਾਇਰੈਕਟ ਬੋਲਣ ਦਾ ਇੱਕੋ ਰੀਜ਼ਨ ਆ, ਉਹਨਾਂ ਨੇ ਬੀਤੇ ਦਿਨੀ ਕੱਲ੍ਹ ਮੇਰੇ ਖਿਲਾਫ ਬਿਨਾਂ ਗੱਲ ਬਿਨਾਂ ਬੇਵਜ਼ਾ ਕਈ ਗੱਲਾਂ ਕਹੀਆਂ। ਜਿਵੇਂ ਮੈਨੂੰ ਕਿਹਾ ਗਿਆ ਕਿ ਚਿੱਟੇ ਦਾ ਕੰਮ ਕਰਦੇ ਨੇ, ਉਹ 302 ਦੇ ਵਿੱਚ ਨੇ, ਕਰੋਨਾ 'ਚ ਕਿੱਟਾਂ ਵੱਢ ਕੇ ਫੇਮ ਲੈਂਦੇ ਨੇ, ਉਹਨਾਂ ਦੀ ਐਡ ਕਰਦੇ ਨੇ, ਮਸ਼ੀਨਾਂ ਵੰਡਦੇ ਨੇ ਉਹਦੀ ਐਡ ਕਰਦੇ ਨੇ, ਉਹ ਬਿਨਾਂ ਗੱਲ ਤੋਂ ਕਿਸੇ 'ਤੇ ਇਲਜ਼ਾਮ ਲਾ ਦੇਣਾ। ਫਿਰ ਸਿੱਧੂ ਮੂਸੇਵਾਲਾ ਕਿਹੜਾ ਬਹੁਤ ਜ਼ਿਆਦਾ ਆ, ਠੀਕ ਹੈ ਉਹਦਾ ਨਾਮ ਆ, ਉਹਦੀ ਵੱਡੀ ਪਹਿਚਾਣ ਆ, ਉਹ ਕਿਸੇ ਦੇ ਕਿਵੇਂ ਸਵਾਲ ਖੜ੍ਹੇ ਕਰ ਸਕਦਾ ਬਿਨਾਂ ਵਜ੍ਹਾ? ਇਸ ਕਰਕੇ ਅੱਜ ਉਹਨੂੰ ਮੈਂ ਕਿਹਾ ਵੀ ਮਿੱਤਰਾ ਇਹ ਕੰਮ ਸਾਡੇ ਨਾਲ ਨਹੀਂ ਚੱਲਣਾ। ਕੀ ਹੈ ਜੀ, ਧਮਕੀ ਹੈ, ਚੇਤਾਵਨੀ? ਚੇਤਾਵਨੀ ਸਮਝੋ ਜੀ, ਕਿਹੜਾ ਕਾਂਗਰਸੀ ਆ ਉਹ ਮੈਨੂੰ ਦੱਸੋ, ਕਿੱਥੋਂ ਦੀ ਕਾਂਗਰਸ ਦੀ, ਉਹਨੂੰ ਲੱਗਤੀ ਨਹੀਂ ਪਤਾ ਉਹ ਬੰਦੇ ਨੂੰ, ਠੀਕ ਹੈ ਉਹ ਬੋਲ ਕਿੱਦਾਂ ਰਿਹਾ ਹੈਗਾ ਬਿਨਾਂ ਗੱਲ ਬਿਨਾਂ ਵਜ੍ਹਾ। ਇੱਕੋ ਗੱਲ ਕਹਿਣਾ ਕਿ ਮੈਂ ਵਿਕਾਸ ਕਰੂੰ, ਮੈਂ ਵਿਕਾਸ ਕਰੂੰ, ਕੀ MLA ਬਣ ਕੇ ਵਿਕਾਸ ਹੁੰਦਾ, ਜਾਂ MP ਬਣ ਕੇ ਵਿਕਾਸ ਹੁੰਦਾ, ਜਾਂ ਮੈਂ ਸੇਵਾ ਕਰੂੰ? ਜੇ ਸੇਵਾ ਕਰਨੀ ਆ, ਐਡਾ ਨਾਮੀ ਇਨਸਾਨ ਆ, ਸੇਵਾ ਕਰਨ ਨੂੰ ਕੀ ਆ, ਜਿੱਦਾਂ ਮਰਜ਼ੀ ਸੇਵਾ ਕਰ ਲੈ। ਕਰੋਨਾ 'ਚ ਕਿੱਥੇ ਸੀ? ਉਹ ਕਹਿੰਦੇ ਆ ਮੈਂ ਮਾਰਕੀਟਿੰਗ ਨਹੀਂ ਕਰਦਾ, ਕੰਮ ਮੈਂ ਵੀ ਕੀਤਾ ਗਾ ਕਰੋਨਾ 'ਚ। ਇਹ ਮਾਰਕੀਟਿੰਗ ਕਰਦੇ ਨੇ, ਤੁਹਾਡੇ ਵਰਗੇ ਲੋਕ ਮਾਰਕੀਟਿੰਗ ਕਰ ਰਹੇ ਨੇ ਕੰਮ? ਇਹ ਮਾਨਸਾ ਦੇ ਜੇ ਕੰਮ ਕੀਤਾ ਤਾਂ ਮਾਨਸਾ ਦੇ ਲੋਕਾਂ ਤੋਂ ਕਹਾਵੇ ਵੀ ਕੀਤਾ ਕੰਮ, ਮੇਰੇ ਲਈ ਤਾਂ ਲੋਕ ਕਹਿੰਦੇ ਨੇ ਵੀ ਕਰਦਾ ਕੰਮ ਇਹ, ਉਹ ਦਿਖਾਵੇ ਕੀ ਕੰਮ ਕੀਤਾ, ਕਿੱਥੇ ਕਰੋਨਾ ਕਿੱਟ ਦਿੱਤੀ ਆ, ਕਿੱਥੇ ਆਕਸੀਜਨ ਸਿਲੰਡਰ ਦਿੱਤਾ ਦਿਖਾਵੇ, ਆਕਸੀਜਨ ਸਿਲੰਡਰ ਦੀ ਕੋਈ ਫੋਟੋ ਦਿਖਾਵੇ, ਹੋਸਪਿਟਲ 'ਚ ਗਿਆ ਕਰੋਨਾ 'ਚ ਕੋਈ ਫੋਟੋ ਦਿਖਾਵੇ, ਮੰਨ ਲੂੰ ਮੈਂ ਇੱਕ ਫੋਟੋ ਦਿਖਾਵੇ। ਪਰ ਉਹ ਕਹਿੰਦੇ ਆ ਕਿ ਸਮੱਸਿਆ ਇਹ ਆ, ਇਹੀ ਲੋਕ ਮੈਨੂੰ ਬਾਈ ਬਾਈ ਕਰਦੇ ਹੁੰਦੇ ਸੀ ਆ ਕੇ, ਬਾਈ ਸਾਡੇ ਲਈ ਪ੍ਰਚਾਰ ਕਰਦੇ ਹੋ, ਬਾਈ ਸਾਡੇ ਲਈ ਕੰਮ ਕਰਿਓ, ਮੇਰੇ ਕੋਲ ਬਾਈ ਬਾਈ ਕਰਦੇ ਹੁੰਦੇ ਸੀ, ਪਤਾ ਨਹੀਂ ਕਿੰਨਾ ਸਾਰਿਆਂ ਨੂੰ ਕਹਿੰਦੇ ਨੇ ਤੁਸੀਂ ਵਿੱਚ ਹੈਗੇ ਹੋ ਜਾਂ ਨਹੀਂ। ਹੁਣ ਜਦੋਂ ਮੈਂ ਰਾਜਨੀਤੀ 'ਚ ਹੈਗਾ, ਇਹਨਾਂ ਨੂੰ ਮੈਂ ਦੁਖਣ ਲੱਗ ਗਿਆ, ਇਹਨਾਂ ਨੇ ਠੇਕਾ ਲਿਆ ਗਿਆ। ਸਰਪੰਚ ਨੂੰ ਟਿਕਟ ਜਦੋਂ ਮੈਂ ਤੁਰਪੂੰਗਾ, ਇੱਕ MC ਨੂੰ ਟਿਕਟ ਜਦੋਂ ਮੈਂ ਤੁਰਪੂੰਗਾ, ਪਰ ਯਾਰ ਜਿਹੜੇ ਲੋਕਾਂ ਨੇ ਜ਼ਮੀਨ ਵਿੱਚ ਹੀ ਆ ਪਾਰਟੀ ਲਈ, ਮਰਦੇ ਨੇ, ਖੜ੍ਹਦੇ ਨੇ, ਲੋਕਾਂ 'ਚ ਰਹਿੰਦੇ ਨੇ,
ਉਹਨੂੰ ਟਿਕਟ ਬਣਦੀ ਆ, ਇਹਦੀ ਟਿਕਟ ਕਾਹਦੀ? ਇਹਦਾ ਯੋਗਦਾਨ ਤਾਂ ਦੱਸੋ ਮਾਨਸਾ ਕੀ ਆ? ਉਹਨਾਂ ਦਾ ਤਾਂ ਕਲੇਮ ਆ ਕਿ ਅਸੀਂ ਤਾਂ ਆਰਾਮ ਨਾਲ ਜਿੱਤਾਂਗੇ ਇੱਥੋਂ। ਦੇਖੋ ਕਲੇਮ ਹਰੇਕ ਕਰ ਸਕਦਾ ਜਿੱਤਣ ਦਾ, ਮੈਂ ਕਦੋਂ ਕਹਿੰਦਾ ਉਹਦਾ ਮੌਕਾ ਦੱਸੋ। ਇਹ ਕਹਿਤਾ ਕਿ ਮੈਂ ਆਜ਼ਾਦ ਲਈ ਵੀ ਤਿਆਰ ਹਾਂ, ਜੇ ਕੋਈ ਮੇਰੀ ਟਿਕਟ ਕੱਟਦਾ ਜਾਂ ਕੋਈ ਗੜਬੜ ਕਰਦਾ ਮੈਂ ਆਜ਼ਾਦ ਲਈ ਵੀ ਤਿਆਰ ਹਾਂਗਾ, ਫਿਰ ਪਿੱਛੇ ਕੀ ਰਹਿ ਗਿਆ? ਆਜ਼ਾਦ ਆ ਜੇ, ਜਿਵੇਂ ਮਰਜ਼ੀ ਆ ਜੇ, ਉਹਨੇ ਤਾਂ ਹਾਰ ਨਹੀਂ ਹਾਰਨਾ। ਜਸਪਿੰਦਰ ਵੀਰ ਨੇ 3 ਕਰੋੜ ਦੀਆਂ ਲਿਮਟਾਂ ਕਰਾਉਣੀਆਂ, ਕਰਜ਼ੇ ਹੀ ਹੋ ਗਿਆ। ਮੇਰਾ ਫਿਕਰ ਇਹ ਲੋਕ ਕਿਉਂ ਕਰਦੇ ਨੇ, ਕਿਉਂ ਕਰਦੇ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ। ਮੈਂ ਤਾਂ 5 ਕਰੋੜ ਦਾ ਕਰਜ਼ਾ ਹੀ ਹੋ ਗਿਆ, 7 ਕਰੋੜ ਦਾ ਹੋ ਗਿਆ, ਮੈਂ ਤਾਂ ਕਹਿਤਾ ਵੀ ਸਾਰਾ ਕੁਛ ਵੇਚ ਕੇ ਲਊਂ। ਇਹਨਾਂ ਨੂੰ ਪਤਾ ਨਹੀਂ ਕਹਿੰਦਾ ਫਿਕਰ ਪੈ ਰਿਹਾ। ਮੈਂ ਪੁੱਛ ਰਿਹਾ ਕਿਉਂ ਤੁਸੀਂ ਐਡੀ ਵੱਡੀ ਇਨਵੈਸਟਮੈਂਟ, ਤੁਹਾਨੂੰ ਕੀ ਸ਼ੌਂਕ ਜਾਗ ਪਿਆ? ਇਹ ਕੋਈ ਜਦੋਂ ਕੋਈ ਘਰ ਫੂਕ ਕੇ ਤਮਾਸ਼ਾ ਜਦੋਂ ਕੋਈ ਮਨੋਰਥ ਹੋਊਗਾ ਨਾ ਵੀ ਕੱਲ੍ਹ ਨੂੰ ਮੈਂ ਹੋਰ ਬਣਾਊਂਗਾ। ਲੀਡਰ ਇੰਨੇ ਸਿੱਧੇ ਤਾਂ ਨਹੀਂ ਹੁੰਦੇ ਜਿੰਨੀਆਂ ਸਿੱਧੀਆਂ ਤੁਸੀਂ ਗੱਲਾਂ ਕਰਦੇ ਹੋ, ਇੰਨੇ ਸਿੱਧੇ ਹੁੰਦੇ ਲੀਡਰ? ਅਤੇ ਮੈਂ ਲੀਡਰ ਹੈ ਹੀ ਨਹੀਂ ਬਾਈ, ਇੰਨੇ ਸਿੱਧੇ ਹੈਗੇ ਹੋਗੇ। ਮੂਸੇ ਵਾਲੇ ਨੇ ਕਿਹਾ ਜੇ ਮੈਨੂੰ ਟਿਕਟ ਨਹੀਂ ਮਿਲੂ ਮੈਂ ਆਜ਼ਾਦ ਲੱਗੂਗਾ, ਜੇ ਤੁਹਾਨੂੰ ਵੀ ਮਿਲੂ। ਅਸੀਂ ਇਕੱਠ ਫਿਰ ਹੋਊਗਾ, ਉਹਨਾਂ ਨੂੰ ਪੁੱਛੂ ਜੋ ਉਹਨਾਂ ਦਾ ਹੁਕਮ ਹੋ। ਹਾਂ, ਜੇ ਸਿੱਧੂ ਮੂਸੇ ਨੂੰ ਟਿਕਟ ਮਿਲਦੀ ਆ ਫਿਰ, ਆ ਕਿਸੇ ਹੋਰ ਕਾਂਗਰਸੀ ਨੂੰ ਮਿਲਦੀ ਆ, ਮੈਂ ਠੋਕੇ ਨਾ। ਮਾਨਸਾ ਦੇ ਲੋਕ ਪਿਆਰ ਨਾਲ ਤਾਂ ਜਿੱਤੇ ਜਾ ਸਕਦੇ ਨੇ, ਬਦਮਾਸ਼ੀ ਨਾਲ। ਪੋਸਟ ਦੇਖਿਆ ਕਰੋ ਤੁਸੀਂ ਉਹਨਾਂ ਦੀ। ਕੁਛ ਦਿਨ ਪਹਿਲਾਂ ਪੇਜ ਇੱਕ ਚੱਲ ਰਿਹਾ ਮਾਨਸਾ ਦਾ, ਸਿੱਧੂ ਬੜੀ ਗਲਤ ਕਿਸਮ ਦੀ ਪੋਸਟ ਪਾਈ, ਫਿਰ 8-9 ਮਿੰਟਾਂ 'ਚ ਡਿਲੀਟ ਕਰਤੀ। ਜੇ ਸਿੱਧੂ ਮੂਸੇ ਨੂੰ ਟਿਕਟ ਮਿਲ ਜਾਂਦੀ ਹੈ ਤੁਸੀਂ ਠੋਕੇ ਵਿਰੋਧ ਕਰੋਗੇ, ਜਾਂ ਤੁਹਾਨੂੰ ਕ੍ਰਿਸ਼ਨਾ ਕਹਿ ਦੇਣਗੇ, ਹਰੀਸ਼ ਚੌਧਰੀ ਕਹਿ ਦੇਣਗੇ ਚੁੱਪ ਕਰ ਦੇਣਗੇ? ਨਹੀਂ, ਮੈਂ ਤਾਂ ਪਹਿਲਾਂ ਹੀ ਕਹਿਤਾ ਵੀ ਮੂਸੇ ਵਾਲੇ ਨਾਲ, ਮੈਂ ਅੱਜ ਸਟੇਜ ਤੋਂ ਵੀ ਕਹਿਤਾ, ਮੈਂ ਤਾਂ ਵੀ ਸਿੱਧੂ ਮੂਸੇ ਵਾਲੇ ਨਾਲ ਕੋਈ ਕੰਪਰੋਮਾਈਜ਼ ਨਹੀਂ। ਪ੍ਰੋ ਪੰਜਾਬ ਟੀਵੀ 'ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਯਾਦਵਿੰਦਰ ਸਿੰਘ। ਪਿਛਲੇ ਦੌਰ 'ਚ ਯੂਥ ਦੇ ਨਾਂ 'ਤੇ ਸਭ ਤੋਂ ਵੱਡੀ ਰਾਜਨੀਤੀ ਹੋਈ ਹੈ, ਜੇ ਕਿਹਾ ਜਾਵੇ ਯੂਥ ਨੂੰ ਰਾਜਨੀਤੀ ਲਈ ਵਰਤਿਆ ਗਿਆ। ਯੂਥ ਦੀਆਂ ਰਾਜਨੀਤਿਕ ਇੱਛਾਵਾਂ ਇੰਨੀਆਂ ਜਿਤਾ ਦਿੱਤੀਆਂ ਗਈਆਂ ਕਿ ਯੂਥ ਆਪਸ 'ਚ ਹੀ ਲੜਦਾ ਕਿ ਕੁਰਸੀ ਮੇਰੇ ਕੋਲ ਆਵੇ ਜਾਂ ਸਿੱਧੂ ਮੂਸੇ ਵਾਲੇ ਕੋਲ ਜਾਵੇ। ਮਾਨਸਾ 'ਚ ਸੀ ਅਤੇ ਇੱਕ ਰੈਲੀ ਹੋਈ ਹੈ ਜਿਹਦੇ 'ਚ ਜਸਵਿੰਦਰ ਵੀਰ ਚਹਿਲ ਨੇ ਸਵਾਲ ਖੜ੍ਹੇ ਕੀਤੇ ਹੈ ਕਿ ਮੇਰੀ ਸੀਟ ਕਿਉਂ ਕੱਟੀ ਜਾ ਰਹੀ ਹੈ, ਲੜਾਈ ਤਾਂ ਮੈਂ ਲੜੀ ਸੀ, ਇਹ ਸਿੱਧੂ ਮੂਸੇ ਵਾਲਾ ਕਿੱਥੋਂ ਆ ਗਏ ਸਾਡੇ ਨਾਲ ਨੇ? ਚਹਿਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਐਂ ਕਿਉਂ ਹੋਇਆ, ਇੰਨਾ ਇਮੋਸ਼ਨਲ ਉਹ ਕਿਉਂ ਹੋ ਗਏ ਸੀ ਰੈਲੀ 'ਚ? ਆਪਾਂ ਰੈਲੀ ਦੇਖੀ ਅਤੇ ਰੈਲੀ 'ਚ ਤੁਹਾਡੀ 'ਚ ਸਟੇਜ ਤੋਂ ਤੁਸੀਂ ਬੋਲ ਰਹੇ ਸੀ, ਯੂਥ ਕਾਂਗਰਸ ਦੇ ਪ੍ਰਧਾਨ ਵੀ ਬੋਲੇ, ਇੰਨਾ ਇਹ ਨੌਬਤ ਕਿਉਂ ਆ ਗਈ ਕਿ ਕਾਂਗਰਸ ਦੀ ਕਮਾਨ ਨਹੀਂ ਆ ਕਾਂਗਰਸ ਪਾਰਟੀ 'ਤੇ ਆਪਦੇ ਉਮੀਦਵਾਰਾਂ ਦੀ, ਜਿਹਨਾਂ ਦੀ ਇੱਛਾ ਲੜਨ ਦੀ ਅੱਜ ਤਾਂ ਸੀਟ ਵੀ ਨਹੀਂ ਡਿਕਲੇਅਰ ਹੋਈ, ਇੰਨਾ ਇਮੋਸ਼ਨਲ ਤੁਸੀਂ ਕਿਉਂ ਹੋ ਗਏ ਸੀ ਸਟੇਜ ਤੋਂ ਸਿੱਧੂ ਮੂਸੇ ਵਾਲੇ ਖਿਲਾਫ ਡਾਇਰੈਕਟ ਬੋਲੇ? ਦੇਖੋ ਅੱਜ ਜੋ ਰੈਲੀ ਦੇ ਵਿੱਚ ਹੋਇਆ ਉਹ ਡਾਇਰੈਕਟ ਬੋਲਣ ਦਾ ਇੱਕੋ ਰੀਜ਼ਨ ਆ, ਉਹਨਾਂ ਨੇ ਬੀਤੇ ਦਿਨੀ ਕੱਲ੍ਹ ਮੇਰੇ ਖਿਲਾਫ ਬਿਨਾਂ ਗੱਲ ਬਿਨਾਂ ਬੇਵਜ਼ਾ ਕਈ ਗੱਲਾਂ ਕਹੀਆਂ, ਜਿਵੇਂ ਮੈਨੂੰ ਕਿਹਾ ਗਿਆ ਕਿ ਚਿੱਟੇ ਦਾ ਕੰਮ ਕਰਦੇ ਨੇ ਉਹ, 302 ਦੇ ਵਿੱਚ ਨੇ, ਕਰੋਨਾ 'ਚ ਕਿੱਟਾਂ ਵੱਢ ਕੇ ਫੇਮ ਲੈਂਦੇ ਨੇ, ਉਹਨਾਂ ਦੀ ਐਡ ਕਰਦੇ ਨੇ, ਮਸ਼ੀਨਾਂ ਵੰਡਦੇ ਨੇ ਉਹਦੀ ਐਡ ਕਰਦੇ ਨੇ। ਸੋ ਇਸ ਕਰਕੇ ਅੱਜ ਮੈਂ ਉਹਨਾਂ ਨੂੰ ਦੋਨੇ ਹੱਥੀਂ ਲਿਆ ਕਿ ਮੂਸੇਵਾਲਾ ਸਾਹਿਬ ਸਾਡੇ 'ਤੇ ਸਵਾਲ ਕਰ ਰਹੇ ਨੇ, ਅਸੀਂ ਲੋਕਾਂ ਨੂੰ ਸਮਰਪਿਤ ਲੋਕ ਹਾਂ, ਮੈਂ ਦਿਨ ਰਾਤ ਕਰਕੇ ਲੋਕਾਂ 'ਚ ਕੰਮ ਕੀਤਾ ਗਾ, ਮੈਂ ਹਰ ਯੂਥ ਕਾਂਗਰਸ ਦੇ ਸੰਗਠਨ ਦੀ ਸੋਚ ਨੂੰ ਮੈਂ ਲੋਕਾਂ 'ਚ ਲੈ ਕੇ ਗਿਆ। ਮੇਰਾ ਅੱਜ ਤੱਕ ਕੋਈ ਇੱਕ ਦਾਗ ਮੇਰੇ 'ਤੇ ਨਹੀਂ ਲੱਗਿਆ। ਜੇ ਆਪਾਂ ਕਹਿ ਦਈਏ ਜੇ ਉਹ 302 ਦੀ ਗੱਲ ਕਰਦੇ ਨੇ, ਅਕਾਲੀ ਦਲ ਦੇ ਖਿਲਾਫ ਲੜਾਈ ਆ, ਮੇਰੇ 'ਤੇ ਤਸ਼ੱਦਦ ਹੋਇਆ, ਇਹ ਪੂਰੇ ਜ਼ਿਲ੍ਹੇ ਨੂੰ ਪਤਾ, ਇਸੇ ਕਰਕੇ ਅੱਜ ਲੋਕ ਮੇਰੇ ਨਾਲ ਨੇ। ਨਸ਼ੇ ਦੀ ਗੱਲ ਕਰਦਾ, ਮੈਂ ਜ਼ਿੰਦਗੀ ਦੇ ਵਿੱਚ ਅੱਜ ਤੱਕ ਸ਼ਰਾਬ ਤੱਕ ਨਹੀਂ ਪੀਤੀ, ਮੈਂ ਆਪ ਤਾਂ ਛੱਡੋ, ਜਿਹੜਾ ਮੇਰਾ ਸੰਗਠਨ ਆ ਮੇਰੀ ਟੀਮ ਆ ਉਹ 'ਚ ਵੀ ਕੋਈ ਸ਼ਰਾਬ ਨਹੀਂ ਪੀਂਦਾ, ਨਾ ਹੀ ਕਿਸੇ ਨੇ ਦੇਖਿਆ। ਸੋ ਬਿਨਾਂ ਗੱਲ ਤੋਂ ਕਿਸੇ 'ਤੇ ਇਲਜ਼ਾਮ ਲਾ ਦੇਣਾ, ਫਿਰ ਸਿੱਧੂ ਮੂਸੇਵਾਲਾ ਕਿਹੜਾ ਬਹੁਤ ਜ਼ਿਆਦਾ ਆ, ਠੀਕ ਹੈ ਉਹਦਾ ਨਾਮ ਆ, ਉਹਦੀ ਵੱਡੀ ਪਹਿਚਾਣ ਆ, ਉਹ ਕਿਸੇ ਦੇ ਕਿਵੇਂ ਸਵਾਲ ਖੜ੍ਹੇ ਕਰ ਸਕਦਾ ਬਿਨਾਂ ਵਜ੍ਹਾ? ਇਸ ਕਰਕੇ ਅੱਜ ਉਹਨੂੰ ਮੈਂ ਕਿਹਾ ਵੀ ਮਿੱਤਰਾ ਇਹ ਕੰਮ ਸਾਡੇ ਨਾਲ ਨਹੀਂ ਚੱਲਣਾ। ਕੀ ਹੈ ਗਈ ਧਮਕੀ ਹੈ, ਚੇਤਾਵਨੀ ਹੈ? ਚੇਤਾਵਨੀ ਸਮਝੋ ਜੀ, ਜਦੋਂ ਬੰਦੇ ਨੇ ਕਿਸੇ ਬੰਦੇ 'ਤੇ ਠੋਕ ਕੇ ਇਲਜ਼ਾਮ ਲਾਏ ਨੇ, ਉਹਨੇ ਕਿਹਾ ਗਾ ਵੀ ਮੈਂ
ਚੁਸ਼ਪਿੰਦਰ ਆਹ ਕੰਮ ਕਰਦਾ ਲੋਕਾਂ 'ਚ ਕਹਿ ਰਿਹਾ, ਉਹ ਲੋਕਾਂ 'ਚ ਜਿਹੜਿਆਂ 'ਚ ਉਹ ਹੁਣ ਜਾਣ ਲੱਗਿਆ 10 ਦਿਨ ਪਹਿਲਾਂ, ਕਿਹੜਾ ਕਾਂਗਰਸੀ ਆ ਉਹ ਮੈਨੂੰ ਦੱਸੋ, ਕਿੱਥੋਂ ਦੀ ਕਾਂਗਰਸ ਦੀ, ਉਹਨੂੰ ਲਿਆਗਤ ਹੀ ਨਹੀਂ ਪਤਾ ਉਹ ਬੰਦੇ ਨੂੰ, ਠੀਕ ਆ, ਉਹ ਬੋਲ ਕਿੱਦਾਂ ਰਿਹਾ ਹੈਗਾ ਬਿਨਾਂ ਗੱਲ ਬਿਨਾਂ ਵਜ੍ਹਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, 20 ਦਿਨ ਪਹਿਲਾਂ 25 ਦਿਨ ਪਹਿਲਾਂ ਉਹਦੀ ਜੁਆਇਨਿੰਗ ਹੋਈ ਆ, ਮਹੀਨਾ ਲਾ ਲਓ, ਚਲੋ ਮਹੀਨਾ ਪਹਿਲਾਂ ਉਹ ਕਾਂਗਰਸ ਪਾਰਟੀ 'ਚ ਆਏ ਨੇ, ਇੱਕੋ ਗੱਲ ਕਹਿਣਾ ਕਿ ਮੈਂ ਵਿਕਾਸ ਕਰੂੰ, ਮੈਂ ਵਿਕਾਸ ਕਰੂੰ, ਕੀ MLA ਬਣ ਕੇ ਵਿਕਾਸ ਹੁੰਦਾ, ਜਾਂ MP ਬਣ ਕੇ ਵਿਕਾਸ ਹੁੰਦਾ, ਜਾਂ ਮੈਂ ਸੇਵਾ ਕਰੂੰ, ਜੇ ਸੇਵਾ ਕਰਨੀ ਆ, ਐਡਾ ਨਾਮੀ ਇਨਸਾਨ ਆ, ਸੇਵਾ ਕਰਨ ਨੂੰ ਕੀ ਆ, ਜਿੱਦਾਂ ਮਰਜ਼ੀ ਸੇਵਾ ਕਰ ਲਏ। ਕਰੋਨਾ 'ਚ ਕਿੱਥੇ ਸੀ, ਆ ਕਿਸਾਨੀ 'ਚ ਸਾਡੇ ਕਿਸਾਨ ਅੰਦੋਲਨ ਸੀ ਜਿਹੜਾ, ਕਿਸਾਨੀ ਜਥੇਬੰਦੀਆਂ ਨੇ ਉਹਨਾਂ ਨੇ ਰੈਲੀ ਅਲੱਗ ਕੀਤੀ ਸੀ, ਇਹਨੇ ਕਾਕਾ ਜੀ ਨੇ ਆਪਣਾ ਫੈਮਿਲੀ ਲਈ ਅਲੱਗ ਕੀਤੀ ਸੀ, ਕਰੋਨਾ 'ਚ ਕਿੱਥੇ ਸੀ ਇਹ। ਬੜੀਆਂ ਇੱਥੇ ਸਾਡੀਆਂ ਧੀਆਂ ਅੱਜ ਕੱਲ੍ਹ ਵੀ ਬੇਰੁਜ਼ਗਾਰ ਫਿਰਦੀਆਂ ਨੇ, ਬੜੇ ਲੋਕ ਨੇ ਨਸ਼ੇ ਦੇ ਵਿੱਚ ਨੇ, ਦਲਦਲ 'ਚ ਫਸੇ ਨੇ, ਮਦਦ ਕਰੇ, ਸੇਵਾ ਕਰੇ, ਆ ਜੇ ਮੈਦਾਨ 'ਚ, ਅਸੀਂ ਕੀਤੀ ਆ, ਅਸੀਂ ਕਹਿਣੇ ਆ, ਮਸ਼ੀਨਾਂ ਦਿੰਦੇ ਨੇ, ਕੁੜੀਆਂ ਬੇਰੁਜ਼ਗਾਰ ਨੇ, ਕਿਉਂ ਕਿਤੇ ਲੱਗਦੀ ਆ ਸਾਡੀ ਮਿਹਨਤ, ਜੇ ਅਸੀਂ ਕਰਦੇ ਹਾਂ ਤਾਂ ਇਹਨੂੰ ਕੀ ਦੁੱਖ ਹੈਗਾ। ਪਰ ਉਹ ਕਹਿੰਦੇ ਆ ਮੈਂ ਮਾਰਕੀਟਿੰਗ ਨਹੀਂ ਕਰਦਾ, ਕੰਮ ਮੈਂ ਵੀ ਕੀਤਾ ਗਾ ਕਰੋਨਾ 'ਚ, ਇਹ ਮਾਰਕੀਟਿੰਗ ਕਰਦੇ ਨੇ, ਤੁਹਾਡੇ ਵਰਗੇ ਲੋਕ ਮਾਰਕੀਟਿੰਗ ਕਰ ਰਹੇ ਨੇ ਕੰਮ ਦੀ। ਇਹ ਮਾਨਸਾ ਦੇ ਜੇ ਕੰਮ ਕੀਤਾ ਤਾਂ ਮਾਨਸਾ ਦੇ ਲੋਕਾਂ ਤੋਂ ਕਹਾਵੇ ਵੀ ਕੀਤਾ ਕੰਮ, ਮੇਰੇ ਲਈ ਤਾਂ ਲੋਕ ਕਹਿੰਦੇ ਨੇ ਵੀ ਕਰਦਾ ਕੰਮ ਇਹ, ਉਹ ਦਿਖਾਵੇ ਕੀ ਕੰਮ ਕੀਤਾ, ਕਿੱਥੇ ਕਰੋਨਾ ਕਿੱਟ ਦਿੱਤੀ ਆ, ਕਿੱਥੇ ਆਕਸੀਜਨ ਸਿਲੰਡਰ ਦਿੱਤਾ ਦਿਖਾਵੇ, ਆਕਸੀਜਨ ਸਿਲੰਡਰ ਦੀ ਕੋਈ ਫੋਟੋ ਦਿਖਾਵੇ, ਹੋਸਪਿਟਲ 'ਚ ਗਿਆ ਕਰੋਨਾ 'ਚ ਕੋਈ ਫੋਟੋ ਦਿਖਾਵੇ, ਮੰਨ ਲੂੰ ਮੈਂ ਇੱਕ ਫੋਟੋ ਦਿਖਾਵੇ ਵੀ ਮੈਂ ਆਹ ਆਕਸੀਜਨ ਦਾ ਸਿਲੰਡਰ ਦੇਣ ਗਿਆ, ਮੇਰੇ ਕੋਲ ਤਾਂ ਹਜ਼ਾਰਾਂ ਫੋਟੋਆਂ ਹੋਣਗੀਆਂ, ਆਕਸੀਜਨ ਦਾ ਸਿਲੰਡਰ ਔਨ ਰਿਕਾਰਡ ਮੈਂ ਦਿੱਤੇ ਨੇ, 21 ਪੇਸ਼ੈਂਟ ਮੈਂ ਹੋਸਪਿਟਲ 'ਚ ਲੈ ਕੇ ਗਿਆ ਸੀ, 2 ਦੀ ਡੈਥ ਹੋ ਗਈ ਸੀ, 2 ਮਹੀਨਿਆਂ 'ਚ ਮੈਂ 19 ਪੇਸ਼ੈਂਟ ਬਚਾ ਕੇ ਲੋਕਾਂ ਦੇ ਘਰੇ ਲਿਆ ਸੀ ਵਾਪਸ, ਮੈਂ 19 ਪੇਸ਼ੈਂਟ ਅੱਜ ਮੇਰੇ ਪਿੱਛੇ ਕਹਿ ਦੇਣਗੇ ਵੀ ਹਾਂ ਇਹਨੇ ਸਾਡੀ ਜ਼ਿੰਦਗੀ ਦਿੱਤੀ ਆ, ਕਹਿੰਦੇ ਨੇ ਅੱਜ ਰੈਲੀ 'ਚੋਂ ਲੋਕ ਹੀ ਆਏ ਨੇ ਜਿਹੜੇ ਪੈਂਦੇ ਮੀਂਹ 'ਚ ਮਾਵਾਂ ਹਿੱਕ ਨਾਲ ਮੇਰੀ ਫੋਟੋ ਲਾਈ ਬੈਠੀਆਂ ਨੇ, ਉਹੀ ਲੋਕ ਨੇ ਉਹ ਕਿਹੜਾ ਅਸਮਾਨੋਂ ਆਏ ਨੇ, ਮੈਂ ਕਿਹੜਾ ਖਰੀਦ ਲਏ ਉਹ। ਅੱਜ ਜਿਹੜੇ ਹਾਲਾਤ ਨੇ ਰੈਲੀ 'ਚ, ਇਹ ਇੰਨੇ ਜਿਹੜੇ ਉਹ ਮੀਂਹ ਪੈ ਰਿਹਾ, ਲੋਕ ਸੁਣ ਰਹੇ ਨੇ, ਜਜ਼ਬਾਤੀ ਹੋ ਕੇ ਲੋਕ ਬੈਠੇ ਨੇ, ਇਹੀ ਕਾਰਨ ਉਹ ਕਰੋਨਾ। ਮੈਂ ਉਹਨਾਂ ਦੇ ਉਹ ਟਾਈਮਾਂ 'ਚ ਖੜਿਆ ਜਦੋਂ ਕੋਈ ਪਿਓ ਆਪਣੇ ਪੁੱਤ ਕੋਲ ਨਹੀਂ ਸੀ ਜਾਂਦਾ, ਮੈਂ ਇੱਕ ਸਾਲ ਦਾ ਬੱਚਾ ਸੀ, ਮੈਂ ਆਪਦੇ ਨਾਨਕੇ ਘਰ ਭੇਜਤਾ ਸੀ ਸਾਰਾ ਪਰਿਵਾਰ, 1 ਸਾਲ ਲੋਕਾਂ 'ਚ ਰਿਹਾ, ਹਰ ਮੈਂ ਦੂਜੇ ਦਿਨ ਹੋਸਪਿਟਲ 'ਚ ਜਾਂਦਾ ਸੀ, ਉਦੋਂ ਕੋਈ ਵੀ ਲੀਡਰ ਨਹੀਂ ਸੀ ਨਿਕਲਿਆ, ਇਹ ਤਾਂ ਬੜੀ ਦੂਰ ਦੀ ਗੱਲ, ਇਹ ਤਾਂ ਉਦੋਂ ਕੈਨੇਡਾ ਇੰਗਲੈਂਡ ਸੀਗਾ ਕਰੋਨਾ 'ਚ, ਜਦ ਇਹ ਗੱਲਾਂ ਕਰਦਾ ਕਰੋਨਾ ਦੀਆਂ, ਦਿਖਾਵੇ ਕੋਈ ਫੋਟੋ, ਕਿਹੜੀ ਫਤਿਹ ਕਿੱਟ ਵੰਡੀਆਂ ਨੇ। ਪਰ ਉਹ ਕਹਿੰਦੇ ਆ ਕਿ ਸਮੱਸਿਆ ਇਹ ਆ, ਇਹੀ ਲੋਕ ਮੈਨੂੰ ਬਾਈ ਬਾਈ ਕਰਦੇ ਹੁੰਦੇ ਸੀ ਆ ਕੇ, ਬਾਈ ਸਾਡੇ ਲਈ ਪ੍ਰਚਾਰ ਕਰ ਦਿਓ, ਬਾਈ ਸਾਡੇ ਲਈ ਕੰਮ ਕਰਿਓ, ਮੇਰੇ ਕੋਲ ਬਾਈ ਬਾਈ ਕਰਦੇ ਹੁੰਦੇ ਸੀ, ਪਤਾ ਨਹੀਂ ਕਿੰਨਾ ਸਾਰਿਆਂ ਨੂੰ ਕਹਿੰਦੇ ਨੇ ਤੁਸੀਂ ਵਿੱਚ ਹੈਗੇ ਹੋ ਜਾਂ ਨਹੀਂ। ਹੁਣ ਜਦੋਂ ਮੈਂ ਰਾਜਨੀਤੀ 'ਚ ਹੈਗਾ, ਇਹਨਾਂ ਨੂੰ ਮੈਂ ਦਿਖਾਉਣ ਲੱਗ ਗਿਆ, ਇਹਨਾਂ ਨੇ ਠੇਕਾ ਲਿਆਗਾ। ਨਹੀਂ, ਮੈਂ ਨਹੀਂ ਕਦੇ ਕਿਹਾ ਵੀ ਮੇਰੇ ਲਈ ਪ੍ਰਚਾਰ ਕਰੋ, ਨਹੀਂ ਮੈਂ ਕਦੇ ਕਿਹਾ ਬਾਈ ਮੇਰੇ ਲਈ ਆਹ ਕੰਮ ਕਰ, ਉਹਨੂੰ ਕਦੇ ਪਰਮਾਤਮਾ ਨੂੰ ਮੰਨਦਾ। ਇਲਜ਼ਾਮ ਤਾਂ ਦੇਖੋ ਬਾਈ ਜੀ, ਜੇ ਮੈਨੂੰ ਕੱਲ੍ਹ ਲਾਤਾ ਸ਼ਰਾਬ ਦਾ, ਲਾਤਾ 302 ਦਾ, ਲਾਤਾ ਚਿੱਟੇ ਦਾ ਵਪਾਰੀ ਦੱਸਦਾ ਮੈਨੂੰ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਏਸ਼ੀਅਨ ਗੋਲਡ ਮੈਡਲਿਸਟ ਆ, ਚੈਂਪੀਅਨਸ਼ਿਪ 8 ਮੈਡਲ ਆ ਮੇਰੇ ਕੋਲ ਇੰਡੀਆ ਦੇ, 8 ਮੈਡਲ। ਸੋ ਮੇਰੇ ਲਈ ਜ਼ਿਲ੍ਹਾ ਦੱਸੂ, ਮੇਰੇ ਲਈ ਇੱਥੇ ਤੁਸੀਂ ਸਰਵੇ ਕਰਾਉਣੇ ਹੋ, ਤੁਹਾਡੇ ਆਪਣੇ ਸੋਰਸ ਨੇ, ਪਤਾ ਕਰੋ ਮੇਰੇ ਬਾਰੇ ਵੀ ਮੁੰਡਾ ਨਸ਼ਾ ਕਰਦਾ, ਕੀ ਮੁੰਡਾ ਨਸ਼ੇ ਵਾਲਿਆਂ ਦਾ ਸਾਥ ਦਿੰਦਾ, ਨਸ਼ਾ ਛੱਡਣ ਵਾਲੇ ਕਹਿੰਦੇ। ਉਹ ਕਹਿੰਦੇ ਕੋਈ ਜਗੀਰ ਆ ਮਾਨਸਾ, ਜਸਪਿੰਦਰ ਚਹਿਲ ਦੀ ਜਗੀਰ ਹੈ? ਬਿਲਕੁਲ ਨਹੀਂ, ਮੈਂ ਕਦੋਂ ਕਿਹਾ ਮੇਰੀ ਜੰਗੀਰ ਆ, ਕਿੱਥੇ ਕਿਹਾ ਮੈਂ ਦੱਸੋ। ਅੱਜ ਮੈਂ ਰੈਲੀ ਤੋਂ ਵੀ ਕਿਹਾ ਵੀ ਇੱਕ ਸਰਪੰਚ ਨੂੰ ਟਿਕਟ ਦੇ ਦਿਉ ਮੈਂ ਤੁਰਪੂੰਗਾ, ਇੱਕ MC ਨੂੰ ਟਿਕਟ ਦੇ ਦਿਉ ਮੈਂ ਤੁਰਪੂੰਗਾ, ਪਰ ਯਾਰ ਜਿਹੜੇ ਲੋਕਾਂ ਨੇ ਜ਼ਮੀਨ ਵੇਚੀ ਆ ਪਾਰਟੀ ਲਈ, ਮਰਦੇ ਨੇ ਖੜਦੇ ਨੇ ਲੋਕਾਂ 'ਚ ਰਹਿੰਦੇ ਨੇ, ਉਹਨੂੰ ਟਿਕਟ ਬਣਦੀ ਆ, ਇਹਦੀ ਟਿਕਟ ਕਾਹਦੀ, ਇਹਦਾ ਯੋਗਦਾਨ ਤਾਂ ਦੱਸੋ ਮਾਨਸਾ ਲਈ ਕੀ ਆ, ਮੈਨੂੰ ਦੱਸੋ ਕੀ ਕੀਤਾ ਮਾਨਸਾ ਲਈ, ਇੱਕ ਕੰਮ ਦੱਸੇ ਮਾਨਸਾ ਲਈ। ਮੈਂ ਦੱਸ ਸਕਦਾ ਅਨੇਕਾਂ ਕੰਮ, 20 ਕਿੱਲਿਆਂ ਦਾ ਮਾਲਕ ਹਾਂ ਮੈਂ, 2 ਕਿੱਲੇ ਮੇਰੇ ਵਿਕਣ ਵਾਲੇ ਹੋ ਗਏ, ਲਿਮਟਾਂ ਕਰਾ ਕੇ ਲੋਕਾਂ 'ਚ ਉਤਰਿਆ ਹੋਇਆਂਗਾ, ਕੋਈ ਇਹ ਨਹੀਂ ਮੈਂ ਕੋਈ ਫੇਮ ਲੈਣਾ ਚਾਹੁੰਦਾ, ਮੇਰੇ ਨਾਲ ਕਈ ਸੰਸਥਾਵਾਂ ਕੰਮ ਕਰਦੀਆਂ ਨੇ, ਕਈ ਲੋਕਾਂ ਦੇ ਅਸੀਂ ਘਰ ਪਵਾਇਆ, ਕਿਸਾਨੀ ਅੰਦੋਲਨ 'ਚ ਮੈਂ ਬਹੁਤ ਜ਼ਿਆਦਾ ਹੱਦ ਤੋਂ ਵੱਧ ਇਕੱਠਾ ਕਰਕੇ ਸਰਪੰਚਾਂ ਪੰਚਾਂ ਤੋਂ ਰਾਸ਼ਨ ਭੇਜਿਆ, ਮੇਰਾ ਜਨੂੰਨ ਆ ਕੰਮ ਕਰਨ ਦਾ, ਮੇਰਾ ਆਪਣਾ ਇੱਕ ਅੰਦਾਜ਼ ਆ, ਮੈਂ ਅੱਜ ਤਾਂ ਰੈਲੀ 'ਚ ਵੀ ਬੋਲਿਆ ਵੀ ਚਾਹੇ 18 ਕਿੱਲੇ ਵਿਕ ਜਾਣ, ਮੇਰਾ ਤਾਂ ਇਹੀ ਸਟੈਂਡ ਰਹੂ, ਲੋਕਾਂ 'ਚ ਹੀ ਰਹੂੰਗਾ, ਕੀ ਗੱਲ ਆ, ਆਪਣੇ ਸ਼ੌਂਕ ਲਈ ਕੰਮ ਕਰਦਾ ਮੈਂ, ਕਿਹੜਾ ਕਿਸੇ ਸਾਨ ਕਰਦਾ। ਕਾਂਗਰਸ ਪਾਰਟੀ ਸਰਪੰਚ ਨੂੰ ਟਿਕਟ ਦੇਵੇ, MC ਨੂੰ ਦੇਵੇ, ਮੈਂ ਨਾਲ ਆ, ਮੇਰੀ ਮੈਂ ਕਦੋਂ ਕਿਹਾ ਮੇਰੀ ਜੰਗੀਰ ਆ, ਪਰ ਮੈਂ ਆਹ ਬਰਦਾਸ਼ਤ ਨਹੀਂ ਕਰਦਾ ਵੀ ਜਿਹੜੇ ਬੰਦੇ ਦੀ ਕੋਈ ਦੇਣ ਹੀ ਨਹੀਂ, ਸਟੇਜ ਤੋਂ ਤਾਂ ਸਾਲਾ। ਕੀ ਕਾਂਗਰਸ ਪਾਰਟੀ ਹੈ ਜੇ ਲੋਕਾਂ ਨੂੰ ਟਿਕਟਾਂ ਨਹੀਂ ਦਿੰਦੀ? ਮੈਨੂੰ ਤਾਂ ਨਹੀਂ ਲੱਗਦਾ ਦੇਣਗੇ। ਨਹੀਂ, ਕੀ ਕਾਂਗਰਸ ਨਹੀਂ ਦਿੰਦੀ ਹੁਣ ਤੱਕ ਦਿੰਦੀ ਰਹੀ ਹੈਗੀ? ਕੀ ਕਾਂਗਰਸ ਨੇ ਕਦੇ ਸੈਲੀਬ੍ਰਿਟੀ ਨਹੀਂ ਲੜਾਏ? ਨਹੀਂ, ਸੈਲੀਬ੍ਰਿਟੀ ਲੜਾਏ ਹੋਣਗੇ, ਪਰ ਮਾਨਸਾ ਲਈ ਕੀ ਕੀਤਾ ਮੈਂ ਤਾਂ ਇਹਦੀ ਗੱਲ ਕਰਦਾਂਗਾ। ਹੋ ਸਕਦਾ ਉਹਨਾਂ ਦੇ ਪਹਿਲਾਂ ਜੇ ਕਿਸੇ ਨੂੰ ਲੜਾਇਆ, ਉਹਨਾਂ ਨੇ ਕੰਮ ਕੀਤੇ ਨੇ, ਉਹਨਾਂ ਦੀ ਗੱਲ ਆ, ਮਾਨਸਾ 'ਚ ਇਹਨੇ ਕੀ ਕੀਤਾ ਮੈਂ ਤਾਂ ਇਹਦੀ ਗੱਲ ਕਰਦਾ। ਮੈਂ ਪੁੱਛਦਾ ਤੁਸੀਂ ਸਹੀ ਹੋ ਜਾਂ ਤੁਹਾਡੇ ਲੀਡਰ ਸਹੀ ਨੇ, ਰਾਹੁਲ ਗਾਂਧੀ ਕਿਉਂ ਮਿਲਦੇ ਨੇ ਫਿਰ?
देखो नाम सी इहदा हरेक बंदे नूं हुंदा गा, हरेक पार्टी नूं हुंदा गा कि शायद इहदा फेम आ कई बार गुमराह किया जाता गा, कई लीडर साहिबानां नूं हुंदा गा भुलेखा हुंदा गा भी ये जिहड़ी पहला पता नहीं सीगा भी इहदे मगर की आ, भी पता नहीं की आ, ते तां हुण पता लग्गिया भी तां आपदी सीट भी नहीं पता। उह तां उहनां दा तां क्लेम आ कि असीं तां आराम नाल जित्तांगे इत्थों। देखो क्लेम हरेक कर सकदा जित्तण दा, मैं कदों कहिंदा उह तां मौका दसूं समां दसूगा। ਇਹ ਕੌਣ ਹਜੇ ਤੱਕ ਤਾਂ ਇਹ ਨਹੀਂ ਪਤਾ ਕੌਣ ਜਿੱਤੂ ਕੌਣ ਹਾਰੂ। ਜੇ ਇਹ ਕਹਿਤਾ ਕਿ ਮੈਂ ਆਜ਼ਾਦ ਲਈ ਵੀ ਤਿਆਰ ਹਾਂ, ਜੇ ਕੋਈ ਮੇਰੀ ਟਿਕਟ ਕੱਟਦਾ ਜਾਂ ਕੋਈ ਗੜਬੜ ਕਰਦਾ ਮੈਂ ਆਜ਼ਾਦ ਲਈ ਵੀ ਤਿਆਰ ਹਾਂਗਾ, ਫਿਰ ਪਿੱਛੇ ਕੀ ਰਹਿ ਗਿਆ? ਇਹ ਤਾਂ ਉਹ ਮੈਂ ਹੈਰਾਨ ਹਾਂ। ਇੱਕ ਬੱਸ ਤਾਂ ਕਹਿੰਦਾ ਵੀ ਮੈਂ ਟਿਕਟ ਮੇਰੀ ਪੱਕੀ ਆ, ਆਹ ਦੋ ਦਿਨ ਪਹਿਲਾਂ ਕੀ ਹੁੰਦਾ ਸੀਗਾ ਜੇ ਮੇਰੀ ਟਿਕਟ ਕੱਟਤੀ ਉਹਨੂੰ ਇਹ ਨਹੀਂ ਭਰੋਸਾ ਵੀ ਮੈਂ ਖੜ੍ਹਾ ਕਿੱਥੇ ਹਾਂ, ਅਤੇ ਆਜ਼ਾਦ ਆ ਜਿਵੇਂ ਮਰਜ਼ੀ ਆ ਜਾਵੇ, ਉਹਨੇ ਤਾਂ ਹਾਰ ਨਹੀਂ ਹਾਰਨਾ, ਪਾਰਟੀ ਵੱਲੋਂ ਆ ਜਾਵੇ ਚਾਹੇ ਵੈਸੇ ਆ ਜਾਵੇ, ਉਹ ਕੋਈ ਮੈਂ ਨਹੀਂ ਹਰਾਉਣਾ। ਸਰਵੇ ਕਰਾ ਲਓ, ਪਾਰਟੀ ਸਰਵੇ ਕਰਾ ਰਹੀ ਆ ਉਹ ਬੰਦ। ਦੇਖੋ ਗੱਲ ਸੁਣੋ, ਕੋਈ ਕਾਂਗਰਸ ਨੂੰ ਮੈਂ ਮੈਨੂੰ ਇੱਕ ਗੱਲ ਦੱਸੋ ਕਿ ਕਾਂਗਰਸ ਦੇ ਲੋਕਾਂ ਨੂੰ, ਕਾਂਗਰਸ ਦੇ ਵਰਕਰਾਂ ਨੂੰ ਤੁਸੀਂ ਐਂ ਕਿਉਂ ਸਮਝਦੇ ਹੋ ਵੀ ਜਿਹੜਾ ਮਰਜ਼ੀ ਥੋਪ ਦਿਉ ਜਿੱਤਿਆ ਦੇਣਗੇ? ਕੋਈ ਸਮਾਂ ਸੀਗਾ ਲੋਕਾਂ 'ਤੇ ਆ ਕੇ ਕੋਈ ਉਤਾਰਿਆ ਜਾਂਦਾ ਸੀ, ਲੋਕ ਐਕਸੈਪਟ ਕਰ ਲੈਂਦੇ ਸੀ। ਕਿਹਨੂੰ ਕਰਦੇ ਸੀ? ਕੋਈ ਕਾਂਗਰਸੀ ਵੱਡਾ ਲੀਡਰ, ਕੋਈ ਧਨਾੜ ਲੀਡਰ, ਚੱਲ ਯਾਰ ਕੋਈ ਗੱਲ ਨਹੀਂ ਵੱਡਾ ਲੀਡਰ ਆ, ਕੰਮ ਕੀਤਾ ਅਤੇ ਸਾਡੇ ਵੀ ਕੰਮ ਕਰੂਗਾ। ਇਹਦੋਂ ਕੀ ਉਮੀਦ ਕਰਕੇ ਲੋਕ ਵੋਟ ਪਾਉਣਗੇ? ਦੱਸੋ ਮੈਨੂੰ ਕੀ ਉਮੀਦ ਹੋਵੇ ਇਹਦੇ ਤੋਂ ਵੀ ਇਹਨੂੰ ਵੋਟ ਪਾ ਕੇ ਐਮ ਐਲ ਏ ਬਣਾ ਦਈਏ? ਤੁਹਾਡੇ ਤੋਂ ਕੀ ਉਮੀਦ ਹੈ ਲੋਕਾਂ ਨੂੰ? ਮੈਂ ਕੰਮ ਕੀਤੇ ਨੇ, ਮੈਂ ਲੋਕਾਂ 'ਚ ਬਿਨਾਂ ਲਾਲਚ ਤੋਂ ਗਿਆ, ਹਰ ਦੁੱਖ 'ਚ ਕੜਿਆ, ਹਰ ਸੁੱਖ 'ਚ ਕੜਿਆ। ਮੈਂ ਜਦੋਂ ਪ੍ਰਧਾਨ ਬਣਿਆ, ਇਹਦੀ ਕੀ ਗਰੰਟੀ ਹੈ ਕਿ ਤੁਸੀਂ ਐਮ ਐਲ ਏ ਬਣ ਕੇ ਲਾਲਚੀ ਨਹੀਂ ਹੋ ਜਾਓਗੇ? ਇਹਦੀ ਗਰੰਟੀ ਹੈਗੀ ਆ, ਮੈਂ ਜ਼ਰਾ ਸਰਗ ਦਾਅ 'ਤੇ ਪਹਿਲੀ ਲਾ ਚੁੱਕਿਆਂਗਾ, ਠੀਕ ਹੈ। ਜਿੰਨੇ ਰੁਪਏ ਕਮਾਉਣੇ ਹੋਣ, ਮੈਨੂੰ ਕੀ ਹੁਣ ਔਫਰਾਂ ਨਹੀਂ ਹੈਗੀਆਂ? ਮੈਨੂੰ ਕੀ ਹੁਣ ਔਫਰਾਂ ਨਹੀਂ? ਜਿਹੜਾ ਬੰਦਾ ਆਪਣੇ ਆਪਣੇ ਆਪ ਨੂੰ ਤਕੜਾ ਦਿਖਾਉਣ ਲਈ, ਆਪਣੇ ਆਪ ਨੂੰ ਲੋਕਾਂ 'ਚ ਇੱਕ ਮੈਸੇਜ ਦੇਣ ਲਈ ਘਰ ਲਾ ਰਿਹਾ ਗਾ, ਉਹ ਆਪਣੇ 'ਤੇ ਦਾਅ ਕਿਉਂ ਲਵਾਊਗਾ? ਜਿਹੜਾ ਬੰਦੇ ਨੇ ਤਾਂ ਆਪਦੇ ਭਾਸ਼ਣ 'ਚ ਬੋਲਿਆ ਕਿ ਬਹੁਤ ਸਾਰੇ ਲੀਡਰ ਇੱਥੋਂ ਦੇ ਵੀਡੀਓ ਨਾਲ ਮਿਲ ਕੇ, ਕੋਈ ਕਿਸੇ ਨਾਲ ਮਿਲ ਕੇ, ਕੋਈ ਕਿਸੇ ਨਾਲ ਪੁਲਿਸ ਵਾਲਿਆਂ ਨਾਲ ਮਿਲ ਕੇ 15-15 ਲੱਖ ਦੇ ਸਮਝੌਤੇ ਜੇ ਉਹ ਸਭ ਕਰਦੇ ਨੇ। ਕੋਈ ਵੀਡੀਓ, ਕੋਈ ਸਰਪੰਚ, ਕੋਈ MC, ਕੋਈ ਪੁਲਿਸ ਵਾਲਾ, ਇੱਕ ਵੀ ਕਹਿੰਦੇ ਵੀ ਛੁਪਿੰਦਰ ਨੇ ਕਦੇ ਲੈਣ ਦੇਣ ਕਰਾਇਆ? ਇੱਕ ਵੀ ਸਰਪੰਚ ਕਹਿੰਦੇ? ਸਭ ਤੋਂ ਵੱਧ ਮੈਂ ਖਿਲਾਫ ਹਾਂ, ਜਿੱਥੇ ਪਰਸੈਂਟੇਜ ਹੁੰਦੀ ਆ। ਸਾਰੀਆਂ ਬਲੋਕ ਸਮਿਤੀਆਂ 'ਚ ਸਾਡੇ ਜਿਹੜੇ ਵੱਡੇ ਵੱਡੇ ਲੀਡਰ ਖੱਬੀ ਖਾਂ ਜਿਹੜੇ ਕਹਿੰਦੇ ਕਹਾਉਂਦੇ ਨੇ, ਸਾਰੇ ਪਰਸੈਂਟੇਜ ਕਰੀ ਬੈਠੇ ਨੇ, ਇਕੱਲਾ ਮੈਂ ਆਗਾ ਕਾਂਗਰਸ ਪਾਰਟੀ। ਹਾਂ, ਕਹਿੰਦੇ ਕਹਾਉਂਦੇ ਲੀਡਰ ਪਤਾ ਪਾਰਟੀ ਨੂੰ? ਇਹ ਪਤਾ ਫਿਰ ਕਾਂਗਰਸ ਪਾਰਟੀ 'ਚ ਚੱਲੀ ਜਾਂਦਾ ਸਾਰਾ ਕੁਛ? ਕਈ ਲੀਡਰ ਹੈਗੇ ਨੇ ਗੰਦਲੇ ਲੀਡਰ ਹੈਗੇ ਨੇ, ਹਰੇਕ ਪਾਰਟੀ 'ਚ ਹੁੰਦੇ ਨੇ। ਜੇ 2-3-4 ਲੀਡਰ ਹਰੇਕ ਪਾਰਟੀ 'ਚ ਹੁੰਦੇ ਨੇ, ਸਾਡੇ 'ਚ ਵੀ ਹੈਗੇ ਨੇ, ਇਹ 'ਚ ਕੋਈ ਦੋ ਰਹਿ ਨਹੀਂ। ਸਾਡੇ ਜ਼ਿਲ੍ਹੇ 'ਚ ਹੈਗੀ ਆ ਕਰਪਸ਼ਨ। ਜੇ ਮੈਂ ਮਾੜੇ ਨੂੰ ਮਾੜਾ ਨਹੀਂ ਕਹੂੰਗਾ ਤਾਂ ਮੈਂ ਕਾਇਰ ਹਾਂ, ਅਤੇ ਮੈਂ ਆਪਣੀ ਪਾਰਟੀ ਨੂੰ ਤਕੜਾ ਕਰਨਾ, ਮਾੜਾ ਤਾਂ ਨਹੀਂ ਕਰਨਾ। ਕੋਈ ਮਾੜਾ ਮਾੜਾ ਇਨਸਾਨ ਆ, ਮੰਨ ਲਓ ਤੁਹਾਡੇ ਕੋਈ ਫੀਲਡ 'ਚ ਕੋਈ ਬੰਦਾ ਤੁਹਾਡੇ ਨਾਲ ਕੰਮ ਕਰਦਾ, ਜੇ ਤੁਹਾਡੇ ਚੈਨਲ ਦੇ ਵਿੱਚ ਰਹਿ ਕੇ ਖਰਾਬ ਕਰੀ ਜਾਊ, ਦੂਸਰਾ ਬੰਦਾ ਨਹੀਂ ਦੱਸੇ, ਮਾੜੀ ਗੱਲ ਆ? ਮਾੜਾ ਬੰਦੇ ਨੇ ਹੈਗੇ ਨੇ, ਕਰਪਸ਼ਨ ਕਰਦੇ ਨੇ ਸਾਰੇ ਜ਼ਿਲ੍ਹੇ ਨੂੰ ਪਤਾ। ਕੋਈ ਮੇਰੇ 'ਤੇ ਦਾਗ ਲਾ ਕੇ ਦਿਖਾਵੇ, ਕਹੇ ਕੋਈ ਵੀ ਛੁਪਿੰਦਰ ਨੇ ਇੱਕ ਸਰਪੰਚ ਕਹੇ, ਸਾਰਾ ਜ਼ੋਰ ਲਾਤਾ ਲੀਡਰਾਂ ਨੇ ਮੈਨੂੰ ਠੋਕਣ ਲਈ, ਐਫੀਡੈਵਿਟ ਦਵਾਉਣ ਲਈ ਵੀ ਛੁਪਿੰਦਰ 'ਤੇ ਕੋਈ 2 ਲੱਖ ਦਾ ਐਫੀਡੈਵਿਟ ਦੇ, ਕੋਈ 4 ਦਾ ਦੇ, 2 ਸਾਲ ਹੋ ਗਏ ਕਿਸੇ ਨੇ ਨਹੀਂ ਦਿੱਤਾ, ਧੱਕੇ ਨਾਲ ਦਵਾਉਂਦੇ ਨੇ। ਮੇਰੇ ਕੋਲ ਤਾਂ ਇੱਕੋ ਹੀ ਗੱਲ ਆ, ਮੈਂ ਹਰੇਕ ਨੂੰ ਕਹਿਣਾ ਵੀ ਇੱਕ ਬੇਟਾ ਮੇਰੇ ਆ, ਇੱਕ ਉਹ ਲੀਡਰਾਂ ਦੇ ਹਰਿਮੰਦਰ ਸਾਹਿਬ ਆ ਕੇ ਰੱਖਦੇ ਨੇ ਐਫੀਡੈਵਿਟ, ਮੈਂ ਰੁਪਏ ਭਰ ਦੂੰਗਾ। ਛੁਪਿੰਦਰ ਵੀਰ ਨੇ 3 ਕਰੋੜ ਦੀਆਂ ਲਿਮਟਾਂ ਕਰਾ ਲਈਆਂ, ਕਰਜ਼ੇ ਹੀ ਹੋ ਗਿਆ। ਮੇਰਾ ਫਿਕਰ ਇਹ ਲੋਕ ਕਿਉਂ ਕਰਦੇ ਨੇ, ਕਿਉਂ ਕਰਦੇ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ। ਮੈਂ ਤਾਂ 5 ਕਰੋੜ ਦਾ ਕਰਜ਼ਾ ਹੀ ਹੋ ਗਿਆ, 7 ਕਰੋੜ ਦਾ ਹੋ ਗਿਆ, ਮੈਂ ਤਾਂ ਕਹਿਤਾ ਵੀ ਸਾਰਾ ਕੁਛ ਵੇਚ ਕੇ ਲਊਂ। ਇਹਨਾਂ ਨੂੰ ਪਤਾ ਨਹੀਂ ਕਹਿੰਦਾ ਫਿਕਰ ਪੈ ਰਿਹਾ ਮੇਰਾ। ਤੁਹਾਨੂੰ ਕਿਉਂ ਲੱਗਦਾ ਗਾ ਕਿ ਰਾਜਨੀਤੀ ਸਾਰਾ ਕੁਛ ਵੇਚ ਕੇ ਲਾ ਦੇਣਾ ਚਾਹੀਦਾ ਗਾ? ਮੈਂ ਪਹਿਲੀ ਤੁਹਾਨੂੰ ਕਹਿਤਾ ਮੇਰਾ ਸਟਾਈਲ ਆ ਕੰਮ ਕਰਨ ਦਾ, ਵੇਚ ਕੇ ਲਾਉਣ ਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਵੇਚੀ ਜਾਂਦਾ। ਦੇਖੋ ਕਦੇ ਲਈ ਲਾ ਰਹੇ ਹੋ? ਮੈਂ ਪੁੱਛਿਆ ਲਾ ਨਹੀਂ ਇਹੀ ਜੀ ਤੁਹਾਡੇ 'ਚ ਕੀ, ਮੈਂ ਸਿੱਧੂ ਮੂਸੇਵਾਲੇ ਤੋਂ ਪੁੱਛਿਆ ਸੀਗਾ ਕਿ ਚਸਕਾ ਗਾ ਰਾਜਨੀਤੀ ਦਾ, ਕੀ ਇਹੋ ਜਿਹੀ ਗੱਲ ਕਿਹੜੀ ਹੈਗੀ? ਯੂਥ ਤਾਂ ਰਾਹੁਲ ਗਾਂਧੀ ਕਹਿੰਦੇ ਸੀ ਯੂਥ ਇੱਕ ਟਰਾਂਸਫੋਰਮੇਸ਼ਨ ਲੈ ਕੇ ਆਊ, ਇੱਥੇ ਤਾਂ ਕੋਈ ਹੋਰ ਹੀ ਗੱਲਾਂ ਚੱਲ ਰਹੀਆਂ ਨੇ ਕਿ ਕੁਰਸੀ ਕਿਹਦੇ ਕੋਲ ਆਊ? ਬਾਈ ਜੀ ਦੇਖੋ, ਤੁਸੀਂ ਗਰਾਊਂਡ ਤੋਂ ਉੱਠ ਕੇ ਗਏ ਹੋ, ਤੁਸੀਂ ਵੀ ਹੌਲੀ ਹੌਲੀ ਵਧੇ ਹੋ, ਹਰ ਫੀਲਡ ਦੇ ਵਿੱਚ ਫਾਈਨਾਂਸ ਦੀ ਰੁਪਏ ਦੀ ਜ਼ਰੂਰਤ ਪੈਂਦੀ ਹੈ। ਐਸਾ ਕੋਈ ਫੀਲਡ ਨਹੀਂ ਅੱਜ ਕੱਲ੍ਹ ਦੇ ਸਮੇਂ 'ਚ, ਕੋਈ ਖੇਤਰ ਨਹੀਂ ਜਿੱਥੇ ਬੰਦਾ ਐਂ ਕੜੇ ਚੁੱਪ ਚਲਾ ਜਾਵੇ। ਮੈਂ ਨਹੀਂ ਮੰਨਦਾ, ਜਦੋਂ ਆਪਾਂ ਵਿਚਰਦੇ ਹਾਂ, ਸੰਘਰਸ਼ ਕਰਦੇ ਹਾਂ, ਰੁਪਇਆ ਲੱਗਦਾ, ਘਰੋਂ ਨਿਕਲਦੇ ਹਾਂ, ਰੈਲੀਆਂ 'ਤੇ ਜਾਂਦੇ ਹਾਂ, ਲੋਕਾਂ ਨਾਲ ਖੜ੍ਹਦੇ ਹਾਂ, 4 ਭਰਾ ਨਾਲ ਹੁੰਦੇ ਨੇ, 4 ਦੋਸਤ ਮਿੱਤਰ, 5 ਸਰਪੰਚ, ਹਾਲਾਤ ਹੀ ਇਹੋ ਜਿਹੇ ਬਣ ਜਾਂਦੇ ਨੇ। ਦੇਖੋ ਇਹ 'ਚ ਕੋਈ ਦੋ ਰਹਿ ਨਹੀਂ, ਰੁਪਇਆ ਅੱਜ ਕੱਲ੍ਹ ਦੇ ਸਮੇਂ 'ਚ ਲੱਗਣਾ ਹੀ ਲੱਗਣਾ। ਕੋਈ ਇਹ ਨਹੀਂ ਕਿਸੇ ਕੋਈ ਰਿਸ਼ਵਤ ਦਿੰਦੇ ਹਾਂ, ਕਿਸੇ ਨੂੰ ਵੀ ਰੁਪਏ ਬਣਦੇ ਫਿਰਦੇ ਹਾਂ, ਪਰ ਅੱਜ ਕੱਲ੍ਹ ਕਿਸੇ ਵੀ ਖੇਤਰ 'ਚ ਆਪਾਂ ਉਤਰੇ ਹਾਂ,
चाहे कोई बिजनेस ला लो, किसी चाहे एजुकेशन ला लो, चाहे तुहाडा फील्ड आ, जदों एक हेठां तों उपर जाना ना, वो कला आप यह नहीं कह सकते भी उत्थे रुपए का खर्चा नहीं होना, उत्थे खर्च होना ही होना, उहदा कोई यह नहीं भी आपां। मैं पुछ रहा क्यों तुसीं एड्डी वड्डी इनवैसटमेंट, तुहानूं की शौक जग पिया, एक कोई जदों कोई घर फूके तमाशा दे उहदा कोई मनोरथ होगा ना भी कल नूं मैं होर बनाऊंगा? नहीं, होर नहीं बनाऊंगा। स्पोर्ट्समैन आ, दिल तो चलदे आ, हमेशा दिल तो खेडे आ, एक उम्मीद आ भी कुछ चंगा कर लाँगे मानसा लई, कुछ चंगा कर लाँगे लोगों लई। मैं अक्सर ही कहना गा, हमेशा कहना, मैं कुछ बना ना बना, एक चंगा सुनेहा ये लोगों जरूर दे के जाऊँगा। तुसी मेरे तुसी कहोगे भी अपने मूँह ती मैं सही कही जाना, अपने मूँह ती कही जाना, तुसी मेरा ऑफिशियल पेज देख लियो, तुहानू मेरे कम्मां दा तरीके का पता लग जू। मान लो किसी एन जी ओ होंदियां ने, जिवें किसी ने 2 लाख रुपया घर नूं पाता, मैं कोई वीडियो बना के भेजती तो चो असीं भी इकट्ठे करके, जो मैं 20,000 पालिया, 25,000 पालिया करके घर पाता, पूरी टीम ने साडी ने, होर बड़े ऐसे काम जिहड़े असीं करदे आ। एक सुनेहा गा, सहारे नाल ही आप एक दूसरे के सहारे नाल ही बदल सकते हैं। मैं कला चाहा, मैं MLA बन के भी कुछ नहीं बदल सकता। मैं अक्सर अपनी स्पीच चो कहना कि MLA MP ही विकास नहीं कर सकते, विकास साड़ी सोच ने करना, साढ़े जज्बे ने करना। सो लगे हुए हैं, कोई इनवैसटमेंट जी तुम गल कर दो, ये नहीं है कि मैं 18 किले अजी रजिस्टरी कराती किसी, मतलब कि मैं लड़ाई लड़ रहा। इनकम ऑफ सोर्स मेरे को ओनली जमीन आ, ठीक है, जो तुरे फिर कोई होर माड़ा मोटा छोटा मोटा कम करते रहने, ठीक है, वो चलता रहा गा। पर कई बार जिमें अज की रैली की गल ही ला लो, अज रैली करी है, खर्चा हो जाता, पहला रैलियां करिया ने, दिल्ली जाना, तो सो उदों फिर जट के पुत को ताड़ती है होंगे गा, फड़ लें आड़ती तो वरत लें, तो जिदन फिर लग्या भी हूँ भाई उत्तों हो गया। लीडर इन्ने सीधे तो नहीं होंगे जिन्नी सीधिया तुम गल करते हो, इन्ने सीधे होंगे लीडर? तो मैं लीडर है ही नहीं भाई। इन्ने सीधे है हो गए ना? मैं लीडर ही नहीं, मैं कदम मैं लीडर है ही नहीं। मैं तो पहला क्या, मैं तो स्पोर्ट्समैन हाँ, दिल तो चलदा, आ लड़ाई दिल तो लड़ी है, किसी की हिम्मत है कोई ऐ ठोक के विरोध करूँ? देखो मेरा कोई मूसे वाले नाल निजी नहीं, मैं मेरी कोई भी इंटरव्यू चक लियो, मैं उन्होंने बड़ा सत्कार ते प्यार दिता, छोटा भरा कह के बोलिया। मैं क्या भी उहदा फील्ड गायकी आ, मेरा फील्ड सियासत आ, असी लोकां च उतरे आ। मैं दुख सुख भोगा च गया, 10 साल हो गए मैनू लोगों तुरे फिरदे नूं, वह बड़ा नमी इंसान आ, वह कितों भी लड़ सकता, मेरी उड़ी औकात नहीं। साड़ी तो औकात इन्नी का चुष्पेंद्र वीर चहल दी भी यार मानसा हल्के च तुरै फिरदा, लोग जानन लग गए, थोड़ा जिला प्रधान बनया जिले च जानन लग गए, एड्डी औकात आ, उहदी तो दुनिया च नाम आ, वह कितों भी लड़ सकता, वह नट गया रहा। मैं आशा मेरा उहदे नाल की मेल, टोचनू मेरे नाल पाउन फिरदा, ਉਤਾਂ ਮੈਂ ਤਾਂ ਕਹਿਣਾ। ਉਹ ਕਹਿੰਦਾ ਮਾਨਸਾ ਹੀ ਮੇਰਾ ਹੈਗਾ, ਮੇਰਾ ਸ਼ਹਿਰ ਹੈਗਾ, ਮੈਂ ਇੱਥੇ ਜੰਮਿਆ ਹੈਗਾ, ਮੈਂ ਮਾਨਸਾ 'ਚ ਮੈਂ ਕਿਉਂ ਆਊਟ ਹੋਇਆ? ਮੈਂ ਕਹਿੰਦਾ ਸਾਡੀ ਪਾਰਟੀ ਨੂੰ ਫਾਇਦਾ ਕਰਦੇ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਉਹਦੇ ਅੱਗੇ, ਸਾਡੀ ਪਾਰਟੀ ਨੂੰ ਫਾਇਦਾ ਕਰਦੇ, ਸੁਖਬੀਰ ਬਾਦਲ ਦੇ ਖਿਲਾਫ ਲੜੇ, ਕੱਢ ਕੇ ਦੇਵੀ ਸੀਟ ਸਾਨੂੰ ਜਿਹੜੀ ਅੱਜ ਤੱਕ ਨਹੀਂ ਨਿਕਲੀ ਲੰਬੀ, ਮਜੀਠੀਆ ਖਿਲਾਫ ਲੜੇ, ਨਾਟ ਗਿਆ ਰਹਾਂ ਤਾਂ ਕਿਤੇ ਵੀ ਜ਼ੋਰ ਮਾਰੇ ਪੱਟ ਕੇ ਮਾਰੂ। ਦੇਖੋ ਫੇਮ ਆਉਂਦਾ ਲੋਕ ਨਾਲ ਨੇ, ਕਿਤੋਂ ਵੀ ਜਿੱਤ ਸਕਦਾ, ਸਭ ਤੋਂ ਵੱਧ ਸਵਾਦ ਤਾਂ ਵੀ ਸਰਦਾਰ ਭਗਵੰਤ ਮਾਨ ਸਾਹਿਬ ਦੇ ਖਿਲਾਫ ਲੜੇ, ਇੱਥੇ ਤਾਂ ਕਾਂਗਰਸ ਦੀ ਸੀਟ ਆ, ਕੋਈ ਵੀ ਮਿਹਨਤ ਕਰਕੇ ਜਿੱਤ ਸਕਦਾ, ਮਿਹਨਤ ਕਰਨੀ ਪਊ। ਤੁਹਾਨੂੰ ਲੱਗਦਾ ਕਿ ਤੁਸੀਂ ਜਿੱਤ ਲਓਗੇ? ਹਾਂ ਮੈਨੂੰ ਲੱਗਦਾ, ਮਿਹਨਤ ਕਰਨੀ ਪਊ, ਮੈਂ ਮਿਹਨਤ ਕੀਤੀ ਆ, ਕੋਈ ਵੀ ਮਿਹਨਤ ਕਰ ਸਕਦਾ, ਹੋਰ ਵੀ ਸਾਡੇ ਸਰਪੰਚ ਮਾਨਸਾ ਦੀ ਸੀਟ ਸਰਪੰਚ ਵੀ ਜਿੱਤ ਸਕਦਾ, MC ਵੀ ਜਿੱਤ ਸਕਦਾ ਜਿਹਨੇ ਮਿਹਨਤ ਕੀਤੀ ਆ, ਕੋਈ ਜ਼ਰੂਰੀ ਨਹੀਂ ਵੀ ਚੁਸ਼ਪਿੰਦਰ ਵੀਰ ਹੀ ਜਿੱਤੂ। ਇਹ ਸਿੱਧੇ ਸਾਧੇ ਲੋਕ ਨੇ, ਸਮਝਦੇ ਨੇ ਹਰ ਗੱਲ। ਇਹ ਕਿਸਾਨੀ ਅੰਦੋਲਨ ਮਾਨਸਾ ਤੋਂ ਸ਼ੁਰੂ ਹੋਇਆਗਾ, ਸਭ ਤੋਂ ਵੱਧ ਜਥੇਬੰਦੀ ਇੱਥੇ ਨੇ, ਸਿੱਧੇ ਲੋਕ ਨੇ ਜਿਹਦੇ ਨਾਲ ਹੈਗੇ ਨੇ, ਸਾਫ਼ ਨੇ ਜਿਹਦੇ ਨਾਲ ਨਹੀਂ ਹੈਗੇ। ਚਾਹੇ ਉਹ ਸਿੱਧੂ ਤਾਂ ਛੱਡੋ, ਜਿੱਦੂ ਵੀ ਕੋਈ ਵੱਡੀ ਤਾਕਤ ਹੁੰਦੀ ਆ ਉਹਨੂੰ ਵੀ ਜਵਾਬ। ਸਿੱਧੂ ਤਾਂ ਕਹਿੰਦਾ ਮੇਰੇ ਨਾਲ ਨੇ, ਉਹ ਸਮਾਂ ਦੱਸੋ, ਭੁਲੇਖਾ ਤਾਂ ਹਰ ਨੂੰ ਹੋ ਸਕਦਾ। ਉਹ ਤੁਹਾਡੇ ਬਾਰੇ ਕਹਿੰਦਾ ਹੈਗਾ ਕਿ ਭੁਲੇਖੇ ਤਾਂ ਬਹੁਤ ਸਾਰੇ ਲੋਕਾਂ ਨੂੰ ਹੋ ਸਕਦੇ ਆ, ਕਿ ਸਮਾਂ ਦੱਸੂਗਾ? ਦੇਖੋ ਅੱਜ ਮੇਰੇ ਕੋਲ ਕੋਈ ਤਾਕਤ ਨਹੀਂ, ਮੇਰੇ ਕੋਲ ਕੋਈ ਚੈੱਕ ਵੰਡਣ ਦੀ ਤਾਕਤ ਨਹੀਂ, 1% ਵੀ ਤਾਕਤ ਨਹੀਂ। ਮੂਸੇਵਾਲਾ ਸਾਹਿਬ ਕੋਲ ਅੱਜ ਬਹੁਤ ਵੱਡੀ ਤਾਕਤ ਆ, ਬਹੁਤ ਵੱਡੀ ਤਾਕਤ ਅੱਜ ਦੀ ਘੜੀ, ਚੈੱਕ ਵੀ ਵੰਡ ਰਹੇ, ਸਭ ਕੁਛ ਕਰ ਰਹੇ ਨੇ। ਲੋਕਾਂ ਨੂੰ ਪਤਾ ਕਿ ਚੁਸ਼ਪਿੰਦਰ ਨੂੰ ਮਿਧਿਆ ਜਾ ਰਿਹਾ, ਅੱਜ 8,000 ਬੰਦਾ ਮੇਰੀ ਰੈਲੀ 'ਚ ਪਹੁੰਚਿਆ ਔਨ ਰਿਕਾਰਡ। ਮੀਂਹ ਪੈ ਰਿਹਾ ਸੀ, ਮੈਂ ਬੋਲ ਰਿਹਾ ਸੀ, ਲੋਕ ਸੁਣ ਰਹੇ ਸੀ, ਮੇਰਾ ਭੁਲੇਖਾ ਨਹੀਂ, ਮੈਨੂੰ ਹੌਂਸਲਾ ਉਹਨਾਂ ਦਾ, ਉਹ ਮੇਰੀ ਤਾਕਤ ਨੇ, ਮੇਰਾ ਭੁਲੇਖਾ ਨਹੀਂ। ਇਹ ਸਮਾਂ ਦੱਸੋ, ਕਿਹਨੂੰ ਭੁਲੇਖਾ ਗਿਆ, ਇਹ ਸਮਾਂ ਦੱਸੋ, ਕਿਉਂਕਿ ਕਲਾਕਾਰ ਮੇਰੇ ਭਰਾ ਨੇ ਥੋੜ੍ਹਾ ਜਿਹਾ ਕਿਹਦਾ ਭੁਲੇਖਾ ਕੱਢਣਾ।
जिन्हें पालिया होगा ਤੁਹਾਡੀ ਪਾਰਟੀ ਨੇ ਨਹੀਂ ਪਾਰਟੀ ਦਾ ਕੋਈ ਬਲੇਖਾ ਨਹੀਂ ਜਾਂ ਤੁਹਾਡੇ ਕੈਂਡੀਡੇਟ ਨੇ ਕੈਂਡੀਡੇਟ ਨੇ ਪਾਰਟੀ ਦਾ ਕੋਈ ਬਲੇਖਾ ਨਹੀਂ ਪਾਰਟੀ ਨੇ ਤਾਂ ਬਹੁਤ ਸਾਥ ਦਿੱਤਾ ਚਸ਼ਪਿੰਦਰ ਵੀਰ ਦੀ ਔਕਾਤ ਕੀ ਸੀ ਜਦਨ ਧਨਾੜ ਲੀਡਰ ਮੇਰੇ ਮਗਰ ਪਏ ਸੀ ਕ੍ਰਿਸ਼ਨਾ ਜੀ ਸੰਗਠਨ ਵਰਿੰਦਰ ਢਿੱਲੋਹੀ ਨਾਲ ਖੜੇ ਨੇ ਮੇਰੀ ਪਹਿਚਾਣ ਕੀ ਸੀ ਨਾਲ ਖੜੇ ਨੇ ਹਰ ਮੋੜ 'ਤੇ ਨਾਲ ਖੜੇ ਨੇ ਲੜਾਈ ਲੜ ਰਹੇ ਨੇ ਅੱਜ ਵੀ ਤੋ ਠੋਕ ਕੇ ਲੜਾਈ ਲੜ ਰਹੇ ਨੇ ਪਾਰਟੀ ਕੋਈ ਕੋਈ ਦਿੱਕਤ ਨਹੀਂ ਉਹਨਾਂ ਨੂੰ ਇਹ ਨਹੀਂ ਸਮਝਾ ਸਕਿਆ ਜਿਹੜੀ ਤੁਸੀਂ ਗੱਲ ਸਮਝਾਉਣੀ ਚਾਹੁੰਦੇ ਸਮਝਦੇ ਨੇ ਕਈ ਜਗ੍ਹਾ 'ਤੇ ਬੰਦਾ ਬੇਵੱਸ ਹੋ ਜਾਂਦਾ ਹਾਲਾਤ ਬਣਦੇ ਨੇ ਹਰੇਕ ਪਾਰਟੀ 'ਚ ਹੁੰਦਾ ਕਿਤੇ ਨਾ ਕਿਤੇ ਹਾਲਾਤ ਇੱਦਾਂ ਦੇ ਬਣ ਜਾਂਦੇ ਨੇ ਵੱਡੀਆਂ ਲੜਾਈਆਂ ਨੇ ਪਰ ਉਹ ਮੇਰੀ ਲੜਾਈ ਅੱਜ ਵੀ ਲੜ ਰਹੇ ਨੇ ਅੱਜ ਢਿੱਲੋਂ ਸਾਹਿਬ ਆਏ ਨੇ ਮੇਰੇ ਲਈ ਜੇ ਮੂਸੇ ਵਾਲੇ ਨੇ ਕਿਹਾ ਜੇ ਮੈਨੂੰ ਟਿਕਟ ਨਹੀਂ ਮਿਲੂ ਮੈਂ ਆਜ਼ਾਦ ਲੜੂੰਗਾ ਜੇ ਤੁਹਾਨੂੰ ਨਹੀਂ ਮਿਲਦੀ ਇਹ ਮੈਂ ਫੈਸਲਾ ਕਰੂੰ ਲੋਕਾਂ ਨਾਲ ਬੈਠ ਕੇ ਮੈਂ ਆਹ ਫੈਸਲਾ ਨਹੀਂ ਲੈਂਦਾ ਐਂ ਇੱਕ ਇਕੱਠ ਫਿਰ ਹੋਊਗਾ ਐਂ ਇਕੱਠ ਫਿਰ ਹੋਊਗਾ ਉਹਨਾਂ ਨੂੰ ਪੁੱਛੂ ਜੋ ਉਹਨਾਂ ਦਾ ਹੁਕਮ ਹੋਊ ਹਾਂ ਜੇ ਸਿੱਧੂ ਮੂਸੇ ਨੂੰ ਟਿਕਟ ਮਿਲਦੀ ਹੈ ਫਿਰ ਆ ਕਿਸੇ ਹੋਰ ਕਾਂਗਰਸੀ ਨੂੰ ਮਿਲਦੀ ਆ ਮੈਂ ਠੋਕੇ ਨਾਲ ਝੋਲਾ ਫੜ ਕੇ ਮਦਦ ਕਰੂੰਗਾ ਪਰ ਫਿਰ ਸਿੱਧੂ ਮੂਸੇ ਵਾਲਾ ਜ਼ਿਆਦਾ ਲੜੂਗਾ ਕੋਈ ਫਰਕ ਨਹੀਂ ਪੈਂਦਾ ਲੜ ਲੈ ਮੌਕਾ ਦੇਣਾ ਚਾਹੀਦਾ ਨਾਲੇ ਭੁਲੇਖਾ ਨਿਕਲ ਜਾਂਦਾ ਗਾ ਮਾਨਸਾ ਦੇ ਲੋਕ ਪਿਆਰ ਨਾਲ ਤਾਂ ਜਿੱਤੇ ਜਾ ਸਕਦੇ ਨੇ ਬਦਮਾਸ਼ੀ ਨਾਲ ਪੋਸਟ ਦੇਖਿਆ ਕਰੋ ਤੁਸੀਂ ਉਹਨਾਂ ਦੀ ਕੁਝ ਦਿਨ ਪਹਿਲਾਂ ਪੇਜ ਇੱਕ ਚੱਲ ਰਿਹਾ ਮਾਨਸਾ ਦਾ ਸਿੱਧੂ ਬੜੀ ਗਲਤ ਕਿਸਮ ਦੀ ਪੋਸਟ ਪਾਈ ਫਿਰ 8-9 ਮਿੰਟਾਂ 'ਚ ਡਿਲੀਟ ਕਰਤੀ ਸਾਲੇ ਅਤੇ ਪ੍ਰਾਹੁਣੇ ਤੋਂ ਬਿਨਾਂ ਸਟੇਜ ਤੋਂ ਨਹੀਂ ਬੋਲਦੇ ਉਹੀ ਇੱਥੋਂ ਪਾਈ ਜਾਂਦੇ ਨੇ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਕੁਛ ਚੰਗਾ ਸੁਨੇਹਾ ਦੇਣਾ ਚੰਗਾ ਸੁਨੇਹਾ ਦਿਓ ਲੋਕਾਂ ਨੂੰ ਸਮਾਜ ਨੂੰ ਲੋੜ ਆ MLA ਬਣ ਕੇ ਕਿਉਂ MLA ਦਾ ਬੁਖਾਰ ਕਿਉਂ ਚੜਿਆ ਉਹ ਤੁਹਾਨੂੰ ਵੀ ਚੜਿਆ ਹੋਇਆ ਤੁਸੀਂ ਕਾਹਦੀ ਲੜਾਈ ਲੜ ਰਹੇ ਹੋ ਫਿਰ ਹੱਕ ਦੀ ਉਹ ਕਹਿੰਦਾ ਮੇਰਾ ਹੱਕ ਹੁਣ ਇਹਦੀ ਵਿਆਖਿਆ ਕੌਣ ਕਰੂਗਾ ਕਿਹਦਾ ਹੱਕ ਕੀ ਹੈ ਕਿਹਦਾ ਨਹੀਂ ਹੈਗਾ ਸਭ ਨੂੰ ਆਪਦਾ ਹੱਕ ਆਖਰੀ ਹੱਕ ਲੱਗਦਾ ਸਭ ਨੂੰ ਸਭ ਦਾ ਕਹਿੰਦੇ ਨਾ ਸਭ ਦਾ ਆਪਣਾ ਆਪਣਾ ਸੱਚ ਹੁੰਦਾ ਤੁਹਾਡਾ ਸੱਚ ਤੁਹਾਡੇ ਕੋਲ ਉਹਦਾ ਸੱਚ ਉਹਦੇ ਕੋਲ ਮੈਂ ਕੰਮ ਕੀਤਾ ਪਾਰਟੀ ਨੂੰ ਸਮਰਪਿਤ ਸੀ ਮੈਂ ਆਪਣੀ ਜ਼ਬਾਨੀ ਦੇ ਕੀਮਤੀ ਦਿਨ ਪਾਰਟੀ ਨੂੰ ਦਿੱਤੇ ਨੇ ਜੇ ਤੁਹਾਡੀ ਪਾਰਟੀ ਨੂੰ ਅਹਿਸਾਸ ਨਹੀਂ ਗਾ ਕਿਹਨੂੰ ਸੁਣਾਉਣ ਲੱਗੋਗੇ ਰੋਣਾ ਤਾਂ ਚਾਹੀਦਾ ਕਿ ਨਹੀਂ ਰੋਣਾ ਚਾਹੀਦਾ ਰੌਲਾ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ ਪਾਉਣਾ ਚਾਹੀਦਾ ਜੇ ਮੈਨੂੰ ਤਕਲੀਫ ਆ ਰੌਲਾ ਪਾਉਣਾ ਚਾਹੀਦਾ ਮੈਂ ਕਹਿੰਦਾ ਜੀ ਜਿਹਦੀ ਤੁਸੀਂ ਕਹਿੰਦੇ ਹੋਗੇ ਪਾਰਟੀ ਨੂੰ ਨਹੀਂ ਪਤਾ ਫਿਰ ਕਿਹਨੂੰ ਰੌਲਾ ਪਾ ਕੇ ਸੁਣਾ ਰਹੇ ਹੋਗੇ ਪਾਰਟੀ ਕਹਿ ਰਹੀ ਹੈ ਨਹੀਂ ਅਸੀਂ ਸਾਡੇ ਕੈਂਡੀਡੇਟ ਉਹਨੇ ਨਹੀਂ ਲਗਭਗ ਪਾਰਟੀ ਨਹੀਂ 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 ਪਾਰਟੀ ਨੇ ਨਹੀਂ ਕਿਹਾ ਦੱਸੋ ਕਿੱਥੇ ਕਿਹਾ ਨਹੀਂ ਪਾਰਟੀ ਰਾਹੁਲ ਗਾਂਧੀ ਤੱਕ ਫੋਟੋਆਂ ਖਿਚਾ ਕੇ ਸ਼ਾਮਲ ਕੀਤਾ ਗਿਆ ਸਿੱਧੂ ਮੂਸੇ ਵਾਲੇ ਨੂੰ CM ਦੇ ਨਾਲ ਚੈੱਕ ਤੁਸੀਂ ਕਹਿੰਦੇ ਹੋ ਸਿੱਧੂ ਮੂਸੇ ਵਾਲਾ ਜਾਰੀ ਕਰ ਰਹੇ ਨੇ ਇੱਥੇ ਹਾਂ ਚੈੱਕ ਜਾਰੀ ਕਰ ਰਹੇ ਨੇ ਪਰ ਇਹ ਜਾਰੀ ਹੁੰਦੇ ਨੇ ਕਿਹਨੂੰ ਹੁੰਦੇ ਤੁਹਾਨੂੰ ਤੁਸੀਂ ਨਹੀਂ ਜਾਰੀ ਕਰ ਲੈਂਦੇ ਹੋ ਉਹ ਤਾਂ ਸਰਕਾਰ ਕਿਸੇ ਨੂੰ ਵੀ ਤਾਕਤ ਦੇ ਸਕਦੀ ਹੈ ਸਰਕਾਰ ਉਹੀ ਮੈਂ ਕਹਿੰਦੇ ਹਾਂ ਪਾਰਟੀ ਦੇ ਸਰਕਾਰ 'ਚ ਫਰਕ ਆ ਸੰਗਠਨ ਵੱਲੋਂ ਕੋਈ ਇਸ਼ਾਰਾ ਨਹੀਂ ਟਿਕਟਾਂ ਸੰਗਠਨ ਨੇ ਦੇਣੀਆਂ ਨੇ ਦੇਖਦੇ ਹਾਂ ਸੰਗਠਨ ਕੀ ਕਰਦਾ ਗਾ ਪਾਰਟੀ ਕੀ ਕਰਦੀ ਆ ਸਰਕਾਰ ਆ ਚਲੋ ਤੁਹਾਨੂੰ ਕੋਈ ਵਹਿਮ ਹੈਗਾ ਸੰਗਠਨ ਬਾਰੇ ਕਿ ਸੰਗਠਨ 'ਚ ਇਹੋ ਜਿਹੇ ਬੰਦੇ ਨੂੰ ਟਿਕਟ ਨਹੀਂ ਮਿਲੂਗੀ ਜਾਂ ਪਹਿਲਾਂ ਨਹੀਂ ਮਿਲੀਆਂ ਗੀਆਂ ਸੰਗਠਨ ਨੇ ਹੀ ਦਿੱਤੀਆਂ ਨੇ ਕਿੰਨੇ ਸੈਲੀਬ੍ਰਿਟੀਆਂ ਨੂੰ ਦਿੱਤੀਆਂ ਨੇ ਕਾਂਗਰਸ ਮਿਲ ਵੀ ਸਕਦੀ ਆ ਮਿਲੀ ਵੀ ਹੋ ਕੋਈ ਵਹਿਮ ਨਹੀਂ ਮੈਨੂੰ ਮੇਰੇ ਕੰਮ 'ਤੇ ਭਰੋਸਾ ਵੀ ਸ਼ਾਇਦ ਮੇਰੇ ਬਾਰੇ ਜ਼ਰੂਰ ਸੋਚਿਆ ਜਾਊਗਾ ਜਿਸ ਦਿਨ ਫਾਈਨਲ ਮੀਟਿੰਗ ਹੋਊਗੀ ਮੇਰੇ ਬਾਰੇ ਜ਼ਰੂਰ ਸੋਚਿਆ ਜਾਊਗਾ ਮੈਂ ਕੀਮਤੀ ਸਮਾਂ ਲੋਕਾਂ ਨੂੰ ਆਪਣੀ ਪਾਰਟੀ ਨੂੰ ਮਾਨਸਾ ਵਾਸੀਆਂ ਨੂੰ ਦਿੱਤਾ ਕਿਉਂਕਿ ਉਲਟਾ ਤਾਂ ਨਹੀਂ ਹੋਜੂਗਾ ਤੁਹਾਡੇ ਖਿਲਾਫ਼ ਅਨੁਸ਼ਾਸਨੀ ਕਾਰਵਾਈ ਹੋ ਜੇ ਕੀ ਹੋਜੂ ਫਿਰ ਦੱਸੋ ਮੈਨੂੰ ਕਿਉਂ ਹੋਊਗੀ ਕੀ ਕਰਨਗੇ ਕਾਹਦੇ ਲਈ ਕਹਿਣਗੇ ਕੀ ਕਹਿਣਗੇ ਵੀ ਤੂੰ ਕੀ ਕੀਤਾ ਮੈਂ ਦੱਸੋ ਕਿੱਦਣ ਪਾਰਟੀ ਦਾ ਵਿਰੋਧ ਕੀਤਾ ਕਿਹੜੇ ਲੀਡਰ ਦਾ ਕੀਤਾ ਦੱਸੋ ਮੈਨੂੰ ਸਿੱਧੂ ਮੂਸੇ ਵਾਲੇ ਦਾ ਕੀਤਾ ਮੈਂ ਉਹ ਲੀਡਰ ਆ ਨਹੀਂ ਮਹੀਨਾ ਪਹਿਲਾਂ ਪਾਰਟੀ 'ਚ ਆਇਆ ਕੀ ਮੈਂ ਆਪਣੀ ਪਾਰਟੀ 'ਚ ਮੈਂ ਆਪਣੇ ਘਰ ਆਪਣਾ ਗੁੱਸਾ ਜ਼ਾਹਰ ਵੀ ਨਹੀਂ ਕਰ ਸਕਦਾ ਜਿਹੜੀ ਚੀਜ਼ ਮੈਨੂੰ ਚੁੱਭ ਰਹੀ ਆ ਜਿਹੜੀ ਚੀਜ਼ ਕਾਂਗਰਸ ਲਈ ਸਹੀ ਨਹੀਂ ਹੈਗੀ ਜਿਹੜੀ ਸਾਡੇ ਲੋਕਾਂ ਲਈ ਸਹੀ ਨਹੀਂ ਕਾਂਗਰਸ ਪਾਰਟੀ ਦੇ ਕਲਚਰ ਨੂੰ ਸੂਟ ਨਹੀਂ ਕਰ ਰਹੀ ਠੀਕ ਹੈ ਜਿਹੜੀ ਇੱਥੇ ਮੈਨੂੰ ਲੱਗ ਰਿਹਾ ਮੇਰੀ ਸੋਚ ਆ ਕਿ ਮੈਂ ਤਾਂ ਵਿਰੋਧ ਵੀ ਨਹੀਂ ਕਰ ਸਕਦਾ ਇੰਨੀ ਵੀ ਆਜ਼ਾਦੀ ਨਹੀਂ ਮੇਰਾ ਪਰਿਵਾਰ ਆ ਮੈਂ ਕਹਿ ਸਕਦਾ ਮੈਨੂੰ ਹੱਕ ਹੈ ਇਹ ਗੱਲ ਕਹਿਣ ਦਾ ਅਤੇ ਮੈਂ ਆਪਣੇ ਨੂੰ ਨਹੀਂ ਕਹੂੰਗਾ ਤਾਂ ਕਹੂੰਗਾ ਕਿਹਨੂੰ ਜੇ ਸਿੱਧੂ ਮੂਸੇ ਨੂੰ ਟਿਕਟ ਮਿਲ ਜਾਂਦੀ ਹੈ ਤੁਸੀਂ ਠੋਕ ਕੇ ਵਿਰੋਧ ਕਰੋਗੇ ਜਾਂ ਤੁਹਾਨੂੰ ਕ੍ਰਿਸ਼ਨਾ ਕਹਿ ਦੇਣਗੇ ਹਰੀਸ਼ ਚੌਧਰੀ ਕਹਿ ਦੇਣਗੇ ਚੁੱਪ ਕਰ ਜਾਓਗੇ
नहीं मैं तो पहले ही कहता भी मूसे वाले नाल मत अज स्टेज तो भी कहता मैं तो भी सिद्धू मूसे वाले नाल कोई कॉम्प्रोमाइज नहीं यानी फिर इहदा सीधा मतलब यह है कि तुसी लड़ोगे उहदे खिलाफ चोण ना चोण का कोई हो नहीं किसी होर की मदद करोगे नहीं मदद करता मैं घर ही बैठ सकता हो सकता मैं घर बैठने वाली 7-8 हज़ार का जो मेरा भुलेखा गा वो पूरा हो जाने पता लग जूगा भी कि मेरे पल्ले आ मैं घर बैठ जा चुप करके आराम आराम करा रब का ना लवेंगे कई चीज़ा परमात्मा से छड़निया चाहिए ने मेरे को गुरु होंगे तो बड़े हंडे हुए लीडर बयान ने नहीं जी कोई मेरे को गुरु होंगे जब अभी मैच खेडते एक गल सी करदा मैं सारा जोर ला दिता उन्हों का नाम है बलजीत बल्ली बहुत तकड़े नैशनल स्टार कबड्डी के कोच ने मैं बाहर आता बाई गलजारी भी थोड़े तो नेड़े ने गलजारी भी उत्थे होंगे जी डी ए बी होंगे वो कहें भी जसपिंदर तू अपनी परफॉर्मेंस से ध्यान देना बस तू नहीं देखना तू जितना का हारना सो उही गल आ जो मैं परफॉर्मेंस दे के बाहर आता वह कहें यार मैच तो हार गए पर तेरा कम लाजवाब से इस कोई दो राय नहीं मैं वह कहते कई गल् ना मैं जी मैच तो हार गए कहते कई गल् परमात्मा से छड़ देनी चाहिए ने बंदा सारा कुछ मैनेज नहीं कर सकता मैं मेहनत कर सकता लड़ाई लड़ सकता हक लई जूझ सकता कई चीज़ा परमात्मा से छड़नी चाहिए ने कोई गल नहीं जे किस्मत चंगा लिखा हों कई बार परमात्मा पता नहीं की मंजूर होंगे उही होना होंगे जो परमात्मा यह मंजूर हो मतलब अगला MLA मानसा का सिद्धू मूसे वाला तो फिर वो कौन टाल दू जसपिंदर की औकात आ कि परमात्मा के फैसले को टाल दू नहीं टाल सकता कोई भी नहीं टाल सकता कोई भी नहीं टाल सकता जे हो तो हो सकता क्यों नहीं हो सकता लोगों पर राजनीति तो विरोध करता बंदा राजनीति तो फिर ये तो होंगे नहीं गा जे इन्ना भागा लैके चल रहे हो फिर थोड़ा विरोध ही नहीं करना चाहिए गा नहीं हक नहीं लड़ो मैं क्या भी कई बार मेहनत सारा कुछ लड़ाई लड़न तो बाद भी सब कुछ करन तो बाद बंदा बेबस हो जाता फिर उदा भी चल हूँ यार परमात्मा से छड़ दो भी आप जिनी लड़ाई लड़ सकते लड़ती एक बंद की लिमिट दी है बई जी कुदरत ने वो चाह के वह पार नहीं कर सकता बाकी फिर कुदरत कौन मने जगला सिरे थी जान लग जाए कुदरत कोई चीज़ है परमात्मा कोई चीज़ है एक लिमिट आ मैं अपनी सारी जिनी मेरे एज ए ह्यूमन बीइंग जिनी मेरी ताकत आ मैं लाऊ अपने आपू साबित करने ठीक है तो जो फिर भी कोई गल नहीं बनती फिर परमात्मा दे बस धन्यवाद जसविंदर थैंक यू भाजी ये सन जसविंदर वीर चहल जिन्हों का कहना कि मानसा की लड़ाई हुण तक उन्होंने लड़ी है जे कोई होर आ जाता है वो भी सपोर्ट कर देंगे पर सिद्धू मूसे वाले के खिलाफ वो खड़े ने ते खड़े रहेंगे मानसा के अंदर ये लड़ाई जारी रहेगी।